ਸਥਾਨ ਸੇਵਕ ਨੇ, ਇਹ ਤੇ ਭਗਵਾਨ ਦਾ ਦੂਸਰਾ ਰੂਪ ਨੇ। ਦੱਸੋ ਹੱਦ ਹੋ ਗਈ ਆ, ਹੱਦ ਹੋ ਗਈ ਆ। ਇਦੋਂ ਬੰਦਾ ਕੋਈ ਗਰਕ ਸਕਦਾ ਹੈ? ਕਮਾਲ ਦੀ ਗੱਲ ਆ ਕਿ ਵੈਸੇ ਇੱਕ ਨੇ ਅੱਗੇ ਮੰਦਿਰ ਬਣਾਇਆ ਸੀ ਮੇਰੇ ਖਿਆਲ ਦੇ ਨਾਲ, ਫਿਰ ਪਤਾ ਨਹੀਂ ਕੀ ਹੋਇਆ, ਢਾਹ ਢੂਹ ਦਿੱਤਾ ਉਸ ਨਰਿੰਦਰ ਮੋਦੀ ਦਾ। ਐਸੇ ਹੈ ਨਾ, ਮਤਲਬ ਕਿ ਚਾਪਲੂਸ ਜਿਹੜੇ ਸਾਡੀ ਰਾਜਨੀਤੀ 'ਚ ਆ ਨਾ, ਤਾਂ ਇਹਨਾਂ ਦਾ ਤਾਂ ਕੰਮ ਹੀ ਇਹ ਆ ਕਿ ਜਗਾੜਬੰਦੀ ਕਰਨੀ ਆ। ਸੋ ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਆ। ਤੇ ਉਦਾਂ ਚਲੋ ਭਾਈ, ਗੱਲ ਇਹ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਤਾਂ ਜਸ਼ਨ ਮਨਾਉਣੇ, ਉਹਨਾਂ ਦਾ ਪ੍ਰਾਈਮ ਮਿਨਿਸਟਰ ਆ ਜਾਂ ਉਹਨਾਂ ਨੂੰ ਫੋਲੋ ਕਰਨ ਵਾਲੇ ਜਿਹੜੇ ਉਹ ਮਨਾਉਣਗੇ। ਪਰ ਮੀਡੀਆ ਨੇ ਜਿਸ ਤਰੀਕੇ ਦੇ ਨਾਲ, ਮਤਲਬ ਕਿ ਤੁਸੀਂ ਛੱਡ ਦਿਓ 5-10% ਹੋਣੇ ਆ, ਜਿਵੇਂ ਉਹਨਾਂ ਨੇ, ਮਤਲਬ ਕਿ ਮੈਂ ਸਮਝਦਾ ਕਿ ਤੁਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਦੇਖੋ ਕੋਈ ਜਲਨ ਨਹੀਂ ਹੈ, ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਬੈਠੇ ਆ, ਸਾਨੂੰ ਕੋਈ ਜਲਨ ਨਹੀਂ ਹੈ ਉਹਨਾਂ ਦੇ ਨਾਲ, ਕੋਈ ਜੈਲਸ ਨਹੀਂ ਹੈ। ਮਤਲਬ ਇੱਕ ਚੀਜ਼ ਹੁੰਦੀ ਹੈ ਨਾ ਬਰਦਾਸ਼ਤ ਦੀ, ਉਹ ਕਿ ਲਗਾਤਾਰ ਲਗਾਤਾਰ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਨਾ ਕਿ ਯਾਰ ਇਹ ਤਾਂ ਸਾਰੀ ਚਾਂਦਮਾਰੀ ਹੋ ਰਹੀ ਆ, ਚਾਪਲੂਸੀ ਹੋ ਰਹੀ ਆ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਸ਼ੀ ਜਿਨਪਿੰਗ ਨੂੰ ਚਾਈਨਾ ਦੇ ਵਿੱਚ ਵਡਿਆਇਆ ਜਾਂਦਾ ਆ, ਸੇਮ ਉਸੇ ਤਰ੍ਹਾਂ ਹੀ ਅਸੀਂ ਚੱਲ ਪਏ ਹਾਂ ਕਿ ਮਤਲਬ ਕਿ ਇਹੀ ਰਾਸ਼ਟਰ ਨੂੰ ਜਿਵੇਂ ਸੰਭਾਲ ਸਕਦਾ। ਪਰ ਅੱਜ ਬਰਡੇ ਵਾਲੇ ਦਿਨ, ਪ੍ਰਧਾਨ ਮੰਤਰੀ ਦੇ ਬਰਡੇ ਵਾਲੇ ਦਿਨ ਜੋ ਦੁਸ਼ਾਂਬੇ ਦੇ ਵਿੱਚ ਹੋਇਆ, ਸਭ ਨੂੰ ਪਤਾ ਹੋਏਗਾ ਜਿਸ ਤਰ੍ਹਾਂ ਉੱਥੇ ਘੋਸ਼ਣਾ ਪੱਤਰ ਪੜਿਆ ਗਿਆ, ਉੱਥੇ ਅੱਤਵਾਦ ਸ਼ਬਦ, ਮਤਲਬ ਕਿ ਅਫਗਾਨਿਸਤਾਨ ਦੇ ਸੰਦਰਭ 'ਚ ਇੱਕ ਵਾਰੀ ਵੀ ਇਸਤੇਮਾਲ ਨਹੀਂ ਕੀਤਾ। ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਰਹੀ ਆ, ਉਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਕਿਤੇ ਵੀ ਜ਼ਿਕਰ ਨਹੀਂ ਆਇਆ, ਸਿਰਫ ਕੱਟੜਪੰਥ ਦਾ ਜ਼ਿਕਰ ਆਇਆ। ਤਾਂ ਉਹ ਇੱਕ ਤਰ੍ਹਾਂ ਨਾਲ ਸੁਭਾਵਿਕ ਆ ਕਿ ਜਿਵੇਂ ਗੋਲਬੰਦੀ ਹੋ ਰਹੀ ਆ ਪੂਰੀ ਦੁਨੀਆ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਚਾਈਨਾ ਇਸ ਵੇਲੇ ਬਈ ਸਾਰਿਆਂ ਨੂੰ ਲੀਡ ਕਰ ਰਿਹਾ ਇਸ ਟਾਈਮ। ਇੱਧਰਲੇ ਪਾਸੇ ਜਿਹੜਾ ਦੂਸਰਾ ਗਰੁੱਪ ਆ ਗੋਲਬੰਦੀ ਦਾ, ਸਾਰਿਆਂ ਨੂੰ ਲੀਡ ਕਰ ਰਿਹਾ ਤੇ ਸਾਰਿਆਂ ਨੂੰ ਸਾਈਡ ਲਾਈਨ ਕਰੀ ਜਾ ਰਿਹਾ। ਤਾਂ ਇਹ ਤੁਸੀਂ ਸਮਝ ਲਓ ਕਿ ਕਿੰਨੀ ਵੱਡੀ ਕੂਟਨੀਤਿਕ ਜਿੱਤ ਹੋਏਗੀ ਕਿ ਕਸ਼ਮੀਰ ਦੇ ਮਸਲੇ ਦੇ ਵਿੱਚ ਜਿਹੜਾ ਕੁਛ ਉਹ ਕਰਦੇ ਨੇ, ਪਾਕਿਸਤਾਨ ਅਫਗਾਨਿਸਤਾਨ ਜਾਂ ਜਿਹੜੇ ਜਿਹਨਾਂ ਨੂੰ ਕੱਟੜਪੰਥੀ ਕਹਿੰਦੇ ਆ, ਤਾਂ ਉੱਥੇ ਆ ਕੇ ਉਹ ਅੱਤਵਾਦ ਦੇ ਵਿੱਚ ਕਨਵਰਟ ਹੋ ਜਾਂਦਾ। ਇੱਧਰ ਤੁਸੀਂ ਕੱਟੜਪੰਥ ਜਾਂ ਕਹਿ ਲਓ ਕਿ ਕਦੇ ਕਦੇ ਤਾਂ ਤੁਹਾਨੂੰ ਤਾਲਿਬਾਨ ਸੰਤ ਲੱਗਣ ਲੱਗ ਜਾਂਦੇ। ਸਾਡੇ ਮੀਡੀਆ ਨੂੰ ਤਾਂ ਖਾਸ ਤੌਰ ਤੇ ਅੱਜ ਕੱਲ੍ਹ ਹੁਣ ਲੜਾਕੇ ਲਿਖਣ ਲੱਗ ਪਏ ਆ, ਜਿਹੜੇ ਪਹਿਲਾਂ ਕੜਾਕੇ ਕੱਢ ਲੱਗਦੇ ਸੀ। ਠੀਕ ਹੈ, ਚਲੋ ਜੋ ਵੀ ਆ, ਇਹ ਸਾਰਾ ਕੁਛ ਛੱਡੋ, ਖੁਸ਼ੀ ਦਾ ਦੇ ਰਿਹਾ ਕਿ ਜਿਹਨਾਂ ਨੇ ਬੇਰੁਜ਼ਗਾਰੀ 45 ਸਾਲ ਦੇ ਕਹਿ ਲਓ ਕਿ ਹਾਈਐਸਟ ਦਰ ਤੇ ਖੜੀ ਆ, GDP ਗਰੋਥ 40 ਸਾਲ ਦੇ ਸਭ ਤੋਂ ਰਸਾਤਲ 'ਚ ਖੜੀ ਆ, ਜਿਹਨਾਂ ਦੇ ਰਾਜ ਦੇ ਵਿੱਚ ਐਗਰੀਕਲਚਰ ਇਨਕਮ 14 ਸਾਲ ਦੇ ਵਕਫੇ ਦੀ ਸਭ ਤੋਂ ਘੱਟ ਗਈ ਹੈ, 20 ਲੱਖ ਕਰੋੜ ਦਾ ਇੱਕ ਜੁਮਲਾ ਪੈਕੇਜ ਜਿਹਨਾਂ ਨੇ ਸੁੱਟਿਆ, ਤੇ 15 ਕਰੋੜ ਦੇ ਕਰੀਬ ਨੌਕਰੀਆਂ ਖਤਮ ਹੋਈਆਂ ਕੋਵਿਡ ਨੋਟਬੰਦੀ ਸਭ ਕੁਛ ਪਾ ਕੇ। ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਮਿਨੀਮਮ ਪੈਟਰੋਲ ਜਿਹਨਾਂ ਦੇ ਰਾਜ ਦੇ ਵਿੱਚ 110 ਤੱਕ ਚਲੇ ਗਿਆ, ਡੀਜ਼ਲ ਸੈਂਚਰੀ ਮਾਰ ਗਿਆ, ਉਹਨਾਂ ਨੂੰ ਜਨਮ ਦਿਨ ਤੇ ਉਹਨਾਂ ਦੇ ਜਨਮ ਦਿਨ ਦੀਆਂ ਉਹਨਾਂ ਦੇ ਪੈਰੋਕਾਰਾਂ ਨੂੰ ਲੱਖ ਲੱਖ ਮੁਬਾਰਕਾਂ। ਦੇਖ ਲਓ ਮਿੰਟੂ ਜੀ, ਬਹੁਤ ਵਾਰੀ ਨਾ ਜਿਹੜਾ ਹੁਣ ਤਾਨਾਸ਼ਾਹੀ ਲੋਕਤੰਤਰ ਉਹ ਸ਼ਬਦ ਵਰਤਿਆ ਜਾਣ ਲੱਗ ਗਿਆ ਵੀ ਭਾਰਤ ਇਸ ਪਾਸੇ ਵੱਲ ਨੂੰ ਵੱਧ ਰਿਹਾ ਆ, ਕਹਿਣ ਨੂੰ ਨੌਰਥ ਕੋਰੀਆ ਵੀ ਲੋਕਤੰਤਰ ਆ ਅਤੇ ਚੀਨ ਵੀ ਜਿਹੜਾ ਲੋਕਤੰਤਰ ਆ, ਮੈਨੂੰ ਲੱਗਦਾ ਇਹ ਵੀ ਬਿਲਕੁਲ ਉਸੇ ਨਕਸ਼ੇ ਕਦਮਾਂ 'ਤੇ ਤੁਰੇ ਨੇ। ਦੇਖੋ ਇਹ ਤੇ ਹੁਣ ਗੱਲ ਇਹ ਆ ਕਿ ਬੜੀ ਗਾਂਹ ਦੀ ਗੱਲ ਹੋ ਜਾਂਦੀ ਆ, ਪਰ ਲੱਗਦਾ ਤੇ ਇਹ ਆ ਕਿ ਜੇ ਤੁਸੀਂ ਪੈਂਡਾ ਇਸ ਹਿਸਾਬ ਨਾਲ ਤੈਅ ਕਰੋਗੇ ਤਾਂ ਫਿਰ ਉੱਥੇ ਵੀ ਪਹੁੰਚ ਜਾਓਗੇ ਇੱਕ ਦਿਨ। ਹਾਲ ਦੀ ਘੜੀ ਤਾਂ ਚਲੋ ਬੜਾ ਮੁਸ਼ਕਲ ਕਹਿਣਾ ਹੈ, ਵੋਟਾਂ ਦਾ ਸਿਸਟਮ ਹਾਲੇ ਹੈ, ਲੋਕ ਵੋਟ ਪਾ ਰਹੇ ਨੇ, ਚਲੋ ਕਿੱਦਾਂ EVM ਦਾ ਇੱਕ ਅਲੱਗ ਡਿਸਪਿਊਟਡ ਮਸਲਾ ਹੈਗਾ ਹੀ ਆ, ਵਿਵਾਦਿਤ ਮਸਲਾ ਹੈਗਾ ਹੀ ਆ। ਪਰ ਜਿਸ ਤਰੀਕੇ ਨਾਲ ਦੇਖੋ ਇੱਕ ਨੇਤਾ ਨੂੰ ਸ਼ਾਈਨਡ ਕੀਤਾ ਜਾ ਰਿਹਾ, ਉਹਦੀ ਬ੍ਰੈਂਡਿੰਗ ਕੀਤੀ ਜਾ ਰਹੀ, ਉਹਦੀਆਂ ਨੀਤੀਆਂ ਦੇ ਖਿਲਾਫ ਬੋਲਣ ਵਾਲੇ ਨੂੰ ਚੱਕ ਦਿੱਤਾ ਜਾਂਦਾ ਹੈ, ਇਹਨੂੰ ਕਹਿ ਸਕਦੇ ਹਾਂ ਕਿ ਸ਼ਾਇਦ ਅਸੀਂ ਲੀਹ ਤੋਂ ਲੱਥ ਕੇ ਵਧੀਆ ਇੱਕ ਲੋਕਤਾਂਤਰਿਕ ਦੇਸ਼ ਬਣ ਸਕਦਾ ਸੀ ਇੰਡੀਆ, ਬੜੀਆਂ ਸੰਭਾਵਨਾਵਾਂ ਨੇ। ਤੇ ਉਹਦੇ 'ਚ ਕਹਿ ਲਓ ਕਿ ਅਸੀਂ ਆਰਥਿਕ ਤੌਰ 'ਤੇ ਇੱਕ ਬਹੁਤ, ਕਿਉਂਕਿ ਜੇ ਆਪਾਂ ਦੇਖੀਏ ਤਾਂ 2007-08 ਵਾਲਾ ਮੰਦਾ ਵੀ ਚੱਲ ਗਿਆ, ਇੰਡੀਆ ਬਚ ਗਿਆ ਉਹਦੇ ਤੋਂ, ਬਚ ਗਿਆ ਉਹਦੇ ਤੋਂ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਸੁਨਹਿਰੀ ਮੌਕਾ ਸੀਗਾ, ਅਸੀਂ ਆਰਥਿਕ ਮੁਹਾਜ ਤੇ ਇੱਕ ਵਧੀਆ ਲੋਕਤਾਂਤਰਿਕ ਕਦਰਾਂ ਕੀਮਤਾਂ ਵਾਲਾ ਵਧੀਆ ਮੁਲਕ ਬਣਾ ਸਕਦੇ ਸੀਗੇ, ਬਣਿਆ ਨਹੀਂ ਹੈ ਕਦੇ ਵੀ, ਮਤੇ ਕੋਈ ਇਹ ਭੁੱਲੇ, ਕਿਉਂਕਿ ਅਸੀਂ ਅਰਧ ਤੱਕ ਵੀ ਨਹੀਂ ਪਹੁੰਚੇ ਮੇਰੇ ਖਿਆਲ ਦੇ ਨਾਲ। ਸਾਡੀਆਂ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਨੇ ਉਹ ਮਤਲਬ ਕਿ ਕੱਚ ਕਰੜ ਜਿਹੀਆਂ ਨੇ,
ਕਿਉਂਕਿ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਲੋਕਤੰਤਰ ਨੂੰ ਪਸੰਦ ਵੀ ਕਰਦੇ ਹਾਂ, ਪਰ ਕੁਛ ਮਾਮਲਿਆਂ 'ਚ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਖੁਦ ਵੀ ਜਿਹੜੇ ਲੋਕ ਵੀ ਆ ਉਹ ਵੀ ਲੋਕਤੰਤਰ ਦੇ ਵਿੱਚ ਕਹਿੰਦੇ ਆ ਕਿ ਨਹੀਂ ਇਹਦਾ ਐਨਕਾਊਂਟਰ ਕਰ ਦਿਓ, ਠੋਕ ਦਿਓ, ਚੱਕ ਦਿਓ ਫੱਟਾ। ਸੋ ਕਹਿਣ ਦਾ ਮਤਲਬ ਕਿ ਉਹ ਵੈਲਿਊਜ ਜਿਹੜੀਆਂ ਹੋਰ ਮਜ਼ਬੂਤ ਹੋ ਸਕਦੀਆਂ ਸੀਗੀਆਂ, ਤਾਂ ਪਕੇਰਾ ਹੋ ਸਕਦਾ ਸੀ ਲੋਕਤੰਤਰ, ਪਰ ਇਹ ਚੀਜ਼ਾਂ ਵਾਕਿਆ ਕਿਤੇ ਨਾ ਕਿਤੇ ਦੇਖੋ ਕਮਜ਼ੋਰ ਕਰਨਗੀਆਂ ਉਹਨਾਂ ਵੈਲਿਊਜ਼ ਨਾਲ, ਘੱਟੋ ਘੱਟ ਇੰਨਾ ਤਾਂ ਮੈਂ ਕਹੂੰਗਾ ਇਮਾਨਦਾਰੀ ਨਾਲ। ਕਿਉਂਕਿ ਜਦੋਂ ਤੁਸੀਂ ਫਰੀਡਮ ਆਫ ਪ੍ਰੈਸ ਦੇ ਮਾਮਲੇ ਦੇ ਵਿੱਚ ਪਛੜ ਜਾਂਦੇ ਹੋ, ਜਦ ਤੁਹਾਡੀ ਆਲੋਚਨਾ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਹੋਣ ਲੱਗ ਜਾਂਦੀ ਆ, ਤਾਂ ਕਿਤੇ ਨਾ ਕਿਤੇ ਤਾਂ ਫਿਰ ਸੋਚਣਾ ਪਏਗਾ, ਤੁਹਾਨੂੰ ਕਹਿਣਾ ਪਏਗਾ। ਬੇਸ਼ੱਕ ਤੁਸੀਂ ਕਿਸੇ ਮੁਲਕ ਦੇ ਵਾਸੀ ਹੋਵੋ ਤਾਂ ਕਹਿਣ ਲੱਗਿਆ ਤੁਹਾਨੂੰ ਥੋੜ੍ਹਾ ਸੰਕੋਚ ਹੁੰਦਾ ਕਿ ਯਾਰ ਮੈਂ ਆਪਦੇ ਮੁਲਕ ਦੀ ਭੰਡੀ ਕਰਾਂ। ਭੰਡੀ ਨਹੀਂ ਹੈ, ਇਹ ਸੱਚਾਈ ਆ ਕਿ ਕੁਛ ਚੀਜ਼ਾਂ ਰੋਂਗ ਟਰੈਕ ਤੇ ਜਾਣੀਆਂ ਸਟਾਰਟ ਹੋ ਚੁੱਕੀਆਂ, ਕਾਫੀ ਅੱਗੇ ਵੀ ਨਿਕਲ ਚੁੱਕੀਆਂ, ਇਸ ਤੋਂ ਪਹਿਲਾਂ ਕਿ ਉਹ ਬਹੁਤ ਦੂਰ ਤੱਕ ਨਿਕਲ ਜਾਣ, ਤਾਂ ਉਹਦੇ 'ਚ ਕੀ ਆ ਕਿ ਬਹੁ ਗਿਣਤੀ ਭਾਈਚਾਰਾ ਜਿਹੜਾ ਉਹਨਾਂ ਨੂੰ ਥੋੜ੍ਹਾ ਜਿਹਾ ਵੇਖਣਾ ਪਵੇਗਾ ਕਿ ਹੁਣ ਜਿਹੜੀ ਗੱਡੀ ਦਾ ਮੋੜਾ ਕੱਟਣਾ ਉਹ ਉਹਨਾਂ ਦੇ ਹੱਥੋਂ ਹੀ ਕੱਟਿਆ ਜਾਣਾ, ਕਿਉਂਕਿ ਸਟੀਅਰਿੰਗ ਤੇ ਉਹਨਾਂ ਦੇ ਕੋਲ ਹੈ ਨਾ ਗੱਲ। ਜੇ ਵੋਟਾਂ ਤੇ ਆ ਤਾਂ ਫਿਰ ਵੋਟ ਉਹਨਾਂ ਨੇ ਦੇਣੀ ਆ, ਜੇ ਕੱਲ ਨੂੰ ਵਨ ਪਾਰਟੀ ਸਿਸਟਮ ਲਈ ਉਹ ਵੋਟ ਮੰਗਦੇ ਕਿ ਵਨ ਪਾਰਟੀ ਸਿਸਟਮ ਬਣਾ ਦਈਏ, ਭਾਈ ਕਿਵੇਂ ਇੱਕ ਪਾਸੇ 40 ਰਹਿ ਜਾਣਗੇ, 60 ਤਾਂ ਉਹੀ ਨੇ ਨਾ, ਉਹਨਾਂ ਨੇ ਵੇਖਣਾ ਕਿ ਕਿੱਧਰ ਨੂੰ ਤੋਰਨਾ ਤੁਸੀਂ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮੰਤਰੀ ਦੇ ਜਵਾਈ ਨੂੰ ਲੱਗ ਗਈ ਨੌਕਰੀ, ਪੰਚਾਇਤੀ ਇਹਨਾਂ ਨੇ ਇਸ ਘਰ ਵੀ ਨੌਕਰੀ ਜੀ। ਘਰ ਘਰ ਨੌਕਰੀ, ਘਰ ਘਰ ਨੌਕਰੀ, ਉਧਰ ਘਰ ਘਰ ਮੋਦੀ ਤੇ ਇਧਰ ਘਰ ਘਰ ਨੌਕਰੀ, ਕੋਈ ਰਹਿਣ ਨਹੀਂ ਦੇਣਾ, ਕੋਈ ਨਹੀਂ ਰਹਿਣ ਦੇਣਾ। ਦੇਖੋ ਮੈਂ ਤੇ ਪਤਾ ਕੀ ਹੈ ਆਈਡੀਆ ਦਿੱਤਾ, ਜੇ ਕਿਤੇ ਉਹ ਕੰਸੀਡਰ ਹੋ ਜਾਵੇ ਤੇ ਮੈਂ ਸ਼ਾਇਦ ਕੱਲ ਨੂੰ ਛੁੱਟੀ ਜੇ ਹੋਈ ਤੇ ਕਿਤੇ ਨਾ ਪਰਸੋਂ ਜੇ ਛੁੱਟੀ ਹੋਈ ਐਤਵਾਰ ਕੱਲ ਪਰਸੋਂ ਦੇ ਵਿੱਚ ਤੇ ਮੈਂ ਲਿਖ ਕੇ ਵੀ ਪਾਊਂਗਾ ਫੇਸਬੁੱਕ ਤੇ ਕਿ ਦੋ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ। ਇੱਕ ਤੇ ਇਹ ਆ ਕਿ ਐਲਾਨੀਆ ਇੱਕ ਕੋਟਾ ਹੋਣਾ ਚਾਹੀਦਾ ਹੈ ਸਰਕਾਰ ਦੇ ਵਿੱਚ, ਸਾਲਾ ਭਣਵਈਆ ਕੋਟਾ ਜਾਂ ਮਤਲਬ ਕਿ ਜਵਾਈ ਕੋਟਾ, ਭਾਈ ਕੋਟਾ, ਐਸਾ ਸਾਰਾ ਕੋਟਾ ਜਿਹੜਾ ਉਹ ਰੱਖ ਦੇਣ ਪਹਿਲਾਂ ਹੀ ਰਿਜ਼ਰਵ ਕਰਕੇ ਕਿ 500-700 ਬੰਦਾ ਜਿਹੜਾ ਹੋਏਗਾ ਸਾਡਾ ਹੋਏਗਾ, ਤੇ ਜਿਹੜਾ ਕੁਛ ਬਚਿਆ ਭਾਈ ਉਹ ਤੁਹਾਡੇ ਵਿੱਚ ਥੋੜਾ ਥੋੜਾ ਟੁਕੜਿਆਂ ਦੇ ਵਿੱਚ, ਜਿਵੇਂ ਮਰੂੰਡਾ ਭੁਰ ਜਾਵੇ ਨਾ ਤੇ ਉਹ ਜਿਹੜੇ ਮਤਲਬ ਕਿ ਹੁੰਦੇ ਆ ਜਿਵੇਂ ਆਪਾਂ ਕਹਿ ਲਈਏ ਕਿ ਛੋਟੇ ਛੋਟੇ ਬੱਚੇ ਆਉਂਦੇ ਆ, ਹਾਂ ਬੱਚਿਆ ਕੁਛ ਛੋਟੇ ਛੋਟੇ ਬੱਚੇ ਆਉਂਦੇ ਤੇ ਰੂੰਗਾ ਝੂੰਗਾ ਬਾਣੀਆਂ ਦੇ ਦਿੰਦਾ ਹੁੰਦਾ ਸੀ ਕਈ ਵਾਰ, ਤਾਂ ਉਹ ਭੁਰਿਆ ਹੋਇਆ, ਉਹ ਭੁਰਿਆ ਹੋਇਆ ਮਰੂੰਡਾ ਬਈ ਤੁਹਾਨੂੰ ਰੂੰਗੇ ਝੂੰਗੇ ਚੱਫੀ ਦੇ ਦਿਆਂਗੇ। ਸੋ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ, ਔਰ ਤੁਹਾਨੂੰ ਚੋਣ ਮੈਨੀਫੈਸਟੋ ਦੇ ਵਿੱਚ ਇਹ ਬਣਾਉਣਾ ਚਾਹੀਦਾ, ਇੱਕ ਮੰਤਰਾਲਾ ਬਣਾ ਦੇਣਾ ਚਾਹੀਦਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣੀ। ਮਤਲਬ ਕਿ ਜੇ ਕਿਸੇ ਨੇ ਨੌਕਰੀ ਵੀ ਲੈਣੀ ਆ ਤਾਂ ਸਾਡਾ ਬੰਦਾ ਜਾਊਗਾ, ਅਸੀਂ ਉਹਨਾਂ ਦੇ ਘਰਾਂ ਦੇ ਵਿੱਚੋਂ ਜਾ ਕੇ ਡਾਕੂਮੈਂਟ ਵੀ ਖੁਦ ਕਲੈਕਟ ਕਰਕੇ ਲੈ ਕੇ ਆਵਾਂਗੇ, ਠੀਕ ਹੈ ਜੀ। ਇਹ ਸਿਸਟਮ ਹੋਣਾ ਚਾਹੀਦਾ, ਮੇਰੀ ਇੱਕ ਨੰਬਰ ਮੰਗ ਗਿਆ। ਦੂਜੀ ਮੇਰੀ ਮੰਗ ਆ ਕਿ ਜਿਹੜਾ ਵੀ ਬੰਦਾ ਇਹੋ ਜਿਹੇ ਆਧਾਰ ਤੇ ਨੌਕਰੀ ਲੱਗੇ ਤਾਂ ਉਹਦੀ ਨੇਮ ਪਲੇਟ ਤੇ ਕਿਰਪਾ ਕਰਕੇ, ਕਿਉਂਕਿ ਅਸੀਂ ਸਲੂਟ ਮਾਰਾਂਗੇ ਜਾ ਕੇ, ਨੇਮ ਪਲੇਟ ਤੇ ਜ਼ਰੂਰ ਲਿਖ ਦਿੱਤਾ ਜਾਵੇ ਕਿ ਫਲਾਣੇ ਮੰਤਰੀ ਦਾ ਜਵਾਈ ਹੈ। ਮਤਲਬ ਕਿ ਪਤਾ ਲੱਗ ਜਾਏ ਕਿ ਇਹਦੀ ਆਪਣੀ ਕੋਈ ਪਛਾਣ ਨਹੀਂ ਹੈ, ਜੀ ਢੇਲਾ ਪਛਾਣ ਨਹੀਂ, ਦੁੱਖੀ ਪਛਾਣ ਨਹੀਂ ਹੈ ਜੀ। ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ ਸੀਗਾ, ਅਮੀਰ ਹੋਣ ਦੇ 3-4 ਤਰੀਕੇ ਹੁੰਦੇ ਆ ਨਾ, ਜਦ ਅਮੀਰ ਦੇ ਘਰ ਜੰਮ ਪਵੋ, ਠੀਕ ਹੈ ਜੀ, ਜਾਂ ਇਹ ਆ ਕਿ ਅਮੀਰ ਦੇ ਨਾਲ ਸ਼ਾਦੀ ਕਰ ਲਓ, ਅਮੀਰ ਘਰੇ ਵਿਆਹ ਕਰਾ ਲਓ, ਆਹੀ 2-3 ਆਹੀ 7-8 ਸੌਦੇ ਆਪਾਂ ਗਿਣਦੇ ਆ ਨਾ ਕਿ ਆਹੀ ਕੁਛ, ਜਾਂ ਕਿਤੇ ਲਾਟਰੀ ਲੱਗ ਜਾਵੇ। ਇੱਕ ਹੁੰਦਾ ਚੌਥਾ ਅਮੀਰ ਹੋਣ ਦਾ ਤਰੀਕਾ ਕਿ ਮਿਹਨਤ ਕਰਕੇ, ਆਪਣੀ ਵੈਲਿਊ ਆਪ ਸਥਾਪਿਤ ਕਰਕੇ ਤੁਸੀਂ ਮੰਜ਼ਿਲ ਪਾਉਂਦੇ ਹੋ, 5,000 ਤੋਂ ਸੈਲਰੀ ਸਟਾਰਟ ਕਰਕੇ 5 ਲੱਖ ਤੱਕ ਪਹੁੰਚਦੇ ਹੋ, ਉਹ ਸਵਾਦ ਆਉਂਦਾ ਅਮੀਰ ਹੋਣ ਦਾ, ਤੇ ਮਜ਼ਾ ਆਉਂਦਾ। ਪਰ ਉਹ ਜਿਵੇਂ ਮੈਂ ਕਿਹਾ ਕਿ 3 ਸੌਖੇ ਤਰੀਕੇ ਅਸੀਂ ਅਮੀਰ ਦੇ ਹੋਣ ਦੇ ਸੋਚਦੇ ਹਾਂ, ਤਾਂ ਇਹਨਾਂ ਨੂੰ ਇਹ ਸ਼ਾਇਦ ਸੌਖਾ ਲੱਗਦਾ, ਤਾਂ ਘੱਟੋ ਘੱਟ ਇਹ ਜ਼ਰੂਰ ਕਰ ਦੇਣਾ ਚਾਹੀਦਾ ਕਿ ਜਦੋਂ ਉਹ ਕਿਸੇ ਕੁਰਸੀ ਤੇ ਬੈਠਣ, ਮੋਹਰੇ ਜਿਹੜਾ ਮੇਜ਼ ਹੋਵੇ ਤੇ ਉਹਦੇ ਤੇ ਤਖਤੀ ਲੱਗੀ ਹੋਵੇ ਕਿ ਆਹ ਮੰਤਰੀ ਦਾ ਜਵਾਈ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਆ, ਆਹ ਮੰਤਰੀ ਦਾ ਜਵਾਈ ਆ, ਇਹਦੇ ਘਰ ਤਰਸ ਦੇ ਆਧਾਰ ਤੇ ਨੌਕਰੀ ਆਈ ਆ, ਇਹ ਜ਼ਰੂਰ ਲਿਖਣਾ ਚਾਹੀਦਾ। ਉਹਨਾਂ ਦੇ ਘਰਾਂ ਦੇ ਮੋਹਰੇ ਵੀ ਲਿਖਣਾ ਚਾਹੀਦਾ ਕਿ ਖਬਰਦਾਰ ਖਬਰਦਾਰ, ਜੇ ਉੱਚੀ ਆਵਾਜ਼ ਮਾਰੀ ਜਾਂ ਦੂਜੀ ਤੋਂ ਤੀਜੀ ਬੈਲ ਮਾਰੀ, ਇਹ ਉਹ ਬੰਦਾ ਵਾ ਜਿਹਨੂੰ ਤਰਸ ਦੇ ਆਧਾਰ ਤੇ ਨੌਕਰੀ ਇਹਦੇ ਬਾਪ ਕਰਕੇ ਮਿਲੀ, ਪਤਾ ਲੱਗਣਾ ਚਾਹੀਦਾ। ਖੈਰ ਇੰਨੀਆਂ ਕੁ ਮੰਗਾਂ ਨੇ, ਚਲੋ ਬਹੁਤੀਆਂ ਨਹੀਂ ਆਪਾਂ ਜਾਂਦੇ, ਇੰਨੀਆਂ ਕੁ ਮੰਨ ਲੈਣ ਤਾਂ ਬਹੁਤ ਵੱਡੀ ਗੱਲ ਆ। ਜੀ
ਤਾਂ ਗੁਰਪ੍ਰੀਤ ਕਾਂਗੜ ਜੀ ਦੇ ਜਵਾਈ ਨੂੰ ਇਹਨਾਂ ਨੇ ਬਣਾ ਦਿੱਤਾ ਜੀ ETO ਮੇਰੇ ਖਿਆਲ ਦੇ ਨਾਲ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਵੀ ETO ਹੀ ਸਨ, ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਭੂਪਜੀਤ ਸਿੰਘ, ਤੇ ਇਹ ਜਿਹੜੇ ਸਾਹਿਬ ਨੇ ਇਹ ਇਹਨਾਂ ਨੂੰ ਜਦੋਂ ਕਿਹਾ ਪੱਤਰਕਾਰਾਂ ਨੇ, ਕਹਿੰਦੇ ਕਿ ਤਰਸ ਆਧਾਰ ਤੇ ਕਾਹਦੀ ਨੌਕਰੀ ਬਈ, ਇਹ ਹੱਕ ਬਣਦਾ। ਉਹ ਮਤਲਬ ਕਿ ਇਹਨੂੰ ਤਰਸ ਆਧਾਰ ਤੇ ਨੌਕਰੀ ਨਹੀਂ ਮੰਨਦੇ, ਉਹ ਕਹਿੰਦੇ ਹੱਕ ਬਣਦਾ, ਉਹਦਾ ਦੱਸੋ। ਹੱਕ ਬਣਦਾ। ਦੱਸੋ ਕਾਹਦਾ ਹੱਕ ਬਣਦਾ? ਦੇਖੋ ਗੱਲ ਇਹ ਆ ਕਿ ਜੇ ਆਪਾਂ ਖਿਲਾਰ ਕੇ ਵੇਖੀਏ ਚੀਜ਼ਾਂ ਨੂੰ, ਇੰਡੀਆ ਦੇ ਵਿੱਚ ਇਹਨਾਂ ਨੇ ਚੋਰ ਬੋਰੀਆਂ ਰੱਖੀਆਂ, ਤਰਸ ਦੇ ਆਧਾਰ ਤੇ ਜਦੋਂ ਵੀ ਨੌਕਰੀ ਦਿੰਦੇ ਆ, ਜੇ ਤੇ ਆਮ ਮਾਤੜ ਬੰਦਾ ਜਾਊਗਾ ਉਹਦਾ ਸਾਰਾ ਗਰਾਊਂਡ ਦੇਖਿਆ ਜਾਂਦਾ ਹੈ ਕਿ ਉਹ ਫਾਈਨੈਂਸ਼ਲੀ ਕਿਹੋ ਜਿਹਾ ਹੈ, ਉਹ ਕਿੰਨੇ ਕੁ ਸਮੇਂ ਤੋਂ ਪੁਰਾਣਾ ਕੇਸ ਹੈ ਉਹਦਾ, ਸਾਰਾ ਕੁਝ ਵੇਖਿਆ ਜਾਂਦਾ ਹੈ। ਪਰ ਇੱਧਰ ਆਰਥਿਕ ਗਰਾਊਂਡ ਨਹੀਂ ਦੇਖਿਆ ਜਾਂਦਾ, ਔਰ ਜਿੰਨਾ ਕੁ ਮੈਂ ਵੇਖਿਆ। ਦੇਖੋ ਡਾਕੂਮੈਂਟ ਮੇਰੇ ਕੋਲ ਕੋਈ ਨਹੀਂ ਹੈਗਾ, ਜੇ ਕੋਈ ਮੰਗੇ ਤੇ ਮੈਂ ਉਹਨੂੰ ਨਹੀਂ ਪ੍ਰੋਵਾਈਡ ਕਰ ਸਕਦਾ, ਪਰ ਜੋ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਦੀ ਫਾਈਲ ਪਰਸੋਨਲ ਮਹਿਕਮੇ ਨੇ ਪਿਛਲੇ ਸਾਲ ਰਿਜੈਕਟ ਕੀਤੀ ਸੀਗੀ। ਕਾਹਦੇ ਆਧਾਰ ਤੇ? ਫਾਈਨੈਂਸ ਮਜ਼ਬੂਤੀ ਦੇ ਆਧਾਰ ਤੇ, ਮਤਲਬ ਆਰਥਿਕਤਾ ਮਜ਼ਬੂਤ ਹੋਣ ਕਰਕੇ। ਤਾਂ ਇਹਨਾਂ ਨੇ ਫਿਰ ਜਿੱਦਾਂ ਮਰਜ਼ੀ ਮਤਲਬ ਕਿ ਜੋੜ ਤੋੜ ਕਰਕੇ, ਕਹਿੰਦੇ ਮੇਰੀ ਸਿਫਾਰਿਸ਼ ਨਾਲ ਨਹੀਂ, ਇਹ ਕੈਬਨਿਟ ਦੀ ਸਿਫਾਰਿਸ਼ ਹੈ, ਤੇ ਕੈਬਨਿਟ ਦਾ ਹਿੱਸਾ ਸਹੁਰਾ ਹੋਵੇ, ਹਾਲੇ ਕਹਿੰਦੇ ਮੇਰੀ ਸਿਫਾਰਿਸ਼ ਨਹੀਂ। ਵਾਹ 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 ਵਾਹ, ਮੈਂ ਤਾਂ ਕਹਿੰਦਾ ਕਿ ਤਾੜੀਆਂ ਹੀ ਮਾਰ ਸਕਦੇ ਆ। ਫਿਰ ਤਰਕ ਦੇ ਰਹੇ ਆ, ਕਹਿੰਦੇ ਕਿ ਇਹਦੇ ਬਾਪ ਨੇ ਨਾ ਰਵੀ ਸਿੱਧੂ ਨੂੰ ਫੜਾਇਆ ਸੀ। ਮੈਂ ਕਿਹਾ ਮੈਂ ਤੁਹਾਡੇ ਤੋਂ ਉਹਦਾ ਵੀ ਤਗੜਾ ਬੰਦਾ ਦੱਸ ਦਿੰਦਾ, ਪਰਮਿੰਦਰ ਸਿੰਘ ਕਿਤਨਾ ਹੋਰਾਂ ਨੇ ਭਗਤ ਸਿੰਘ ਦੀ ਸ਼ਤਾਬਦੀ ਤੇ ਜਿਹੜਾ ਘੁਟਾਲਾ ਹੋਇਆ ਸੀ ਉਹਦੇ ਚ IAS ਸਵਰਨ ਸਿੰਘ ਨੂੰ ਸਸਪੈਂਡ ਕਰਾਇਆ ਸੀ, ਉਹਨਾਂ ਨੂੰ ਵੀ ਬਿਠਾਓ, ਬਿਠਾਓ ਉਹਨਾਂ ਨੂੰ ਵੀ ETO ਲਾਓ ਉਹਨਾਂ ਨੂੰ ਵੀ। ਬਹੁਤ ਬੰਦੇ ਨੇ ਇਸ ਤਰ੍ਹਾਂ ਦੇ ਐਕਟਿਵਿਜ਼ਮ ਕਰਦੇ ਜਿਨ੍ਹਾਂ ਨੇ ਕਰੋੜਾਂ ਦੇ ਘੁਟਾਲੇ ਕੱਢੇ। ਆ ਜਿਹੜਾ 400 ਕਰੋੜ ਦਾ ਹਾਈਵੇ ਘੁਟਾਲਾ ਸੀਗਾ, ਯਾਦ ਹੋਣਾ ਤੁਹਾਨੂੰ, ਉਹ ਵਿਸ਼ੇਸ਼ਟ ਸਾਹਿਬ ਨੇ ਕੱਢਿਆ ਸੀ, ਹੁਸ਼ਿਆਰਪੁਰ ਵਾਲੇ ਨੇ, ਦੇ ਦਿਓ ਉਹਨੂੰ ਵੀ, ਹੁਣ ਤਾਂ DC ਚਾਹੀਦਾ। ਇਹਨੇ ਤਾਂ ਰਵੀ ਸਿੱਧੂ ਫੜਾਇਆ ਹੋਊਗਾ, ਅਗਲਿਆਂ ਨੇ 400 ਕਰੋੜ ਦਾ ਘੁਟਾਲਾ ਕੱਢ ਦਿੱਤਾ, ਲਾ ਦਿਓ ਕਿਸੇ ਜ਼ਿਲ੍ਹੇ ਦਾ ਮਾਲਕ। ਫਿਰ ਜੇ ETO ਦਾ ਹੱਕ ਰੱਖਦਾ ਫਿਰ ਅਗਲਾ ਵੀ ਰੱਖਦਾ। ਸੋ ਇਹ ਤਰਕ ਨਹੀਂ ਨੇ, ਤੇ ਮੈਂ ਕਹੂੰਗਾ ਕਿ ਧੱਕਮ ਧੱਕਾ ਹੈਗਾ, ਚੱਲੀ ਜਾਂਦਾ ਜੀ, ਆਪਣੇ ਵਰਗੇ ਬੋਲੀ ਜਾਂਦੇ ਆ। ਪਰ ਇਹ ਬਹੁਤ ਵੱਡਾ ਗਰਾਊਂਡ ਹੁੰਦਾ, ਮੰਨ ਲਓ ਆਪਾਂ ਇਹ ਮੰਨਣ ਜਾਂ ਨਾ ਮੰਨਣ, ਨੌਕਰੀ ਤਾਂ ਤਰਸ ਆਧਾਰ ਤੇ ਦਿੰਦੇ ਆ ਨਾ, ਕਿ ਕੋਈ ਵੀ ਬੰਦਾ ਔਨ ਡਿਊਟੀ ਨਾਲੇ ਨਹੀਂ ਮਰੇ। ਭੂਪਜੀਤ ਸਿੰਘ, ਮਾਫ ਕਰਨਾ, ਮਰੇ ਬੰਦੇ ਨੂੰ ਵਿੱਚ ਆਪਾਂ ਲੈ ਰਹੇ ਹਾਂ, ਮਤਲਬ ਕਿ ਉਹ ਸ਼ਾਇਦ ਬ੍ਰੇਨ ਟਿਊਮਰ ਸੀ ਤੇ ਮੁੜ ਕੇ ਹਾਰਟ ਅਟੈਕ ਹੋਇਆ ਉਹਨਾਂ ਨੂੰ। ਤਾਂ ਬਾਵਜੂਦ ਇਸ ਦੇ ਤੁਸੀਂ ਉਹਦੀ ਥਾਂ ਤੇ ਜੋਬ ਮੰਗ ਰਹੇ ਹੋ, ਇਹਦਾ ਮਤਲਬ ਕੀ ਹੈ ਭਾਈ? ਤਰਸ ਦੇ ਆਧਾਰ ਤੇ ਮੰਗ ਰਹੇ ਹੋ, ਹੋਰ ਤੁਹਾਡਾ ਕੀ ਹੱਕ ਬਣਦਾ? ਕੀ ਹੱਕ ਬਣਦਾ ਬਈ ਦੂਸਰੀ ਪੀੜ੍ਹੀ ਦਾ? ਸੋ ਆਹ ਗੱਲਾਂ ਨੇ, ਆਹ ਬਾਤਾਂ ਨੇ, ਹਰੇਕ ਮਾਮਲੇ ਦੇ ਵਿੱਚ ਤਰਸ ਆਧਾਰ ਹੈ ਜਿਹੜਾ, ਉਹ ਕਈ ਗਰਾਊਂਡ ਜਿਹੜੇ ਆ ਉਹ ਮੰਗਦਾ, ਉਦੋਂ ਪੂਰੇ ਹੋ ਜਾਣ ਫਿਰ ਨੌਕਰੀ ਮਿਲਦੀ ਆ। ਤਾਂ ਉਹਦੇ 'ਚ ਆਰਥਿਕ ਸਥਿਤੀ ਬਹੁਤ ਮਾਇਨੇ ਰੱਖਦੀ ਆ, ਕਿ ਇੱਕ ਮੰਤਰੀ ਦਾ ਜਵਾਈ ਅੱਜ ਦੇ ਦੌਰ ਦੇ ਵਿੱਚ ਤਰਸ ਦੇ ਕਾਬਲ ਹੈ। ਸਾਡੀ ਇਹ ਵਿਆਖਿਆ ਜ਼ਰੂਰ ਜਿਹੜੀ ਆ ਉਹ ਤੈਅ ਹੋ ਜਾਣੀ ਚਾਹੀਦੀ ਆ ਕਿ ਇਹ ਆਖਰ ਕਾਬਲੇ ਤਰਸ ਹੈ ਕੌਣ? ਇੱਕ ਗਰੀਬ ਹਿਮਾਤੜ ਜਿਹਦੇ ਕੋਲ ਕੋਈ ਜ਼ਮੀਨ ਜੱਪਾ ਕੋਈ ਸ਼ੈਲਰ ਕੁਛ ਨਹੀਂ ਹੈ, ਉਹ ਸਿਰਫ ਇੱਕ ਮੁਲਾਜ਼ਮ ਆ, ਉਹ ਮਰ ਗਿਆ ਵਿਚਾਰਾ, ਉਹਦਾ ਟੱਬਰ ਜਿਹੜਾ ਰੁਲ ਗਿਆ ਸੀ ਉੱਥੇ, ਤਾਂ ਕਹਿ ਸਕਦੇ ਕਿ ਵਿਧਵਾ ਯਾਰ ਨੌਕਰੀ ਦੀ ਹੱਕਦਾਰ ਆ, ਜਾਂ ਬੱਚਾ ਨੌਕਰੀ ਦਾ ਹੱਕਦਾਰ ਆ। ਤਾਂ ਉਹੀ ਗਰਾਊਂਡ ਜਿਹੜਾ ਇੱਕ ਮੰਤਰੀ ਦਾ ਜਵਾਈ ਜਿਹੜਾ ਖੁਦ ਕਰੋੜਾਪਤੀ, ਔਰ ਮੈਂ ਤਾਂ ਕਹਿੰਦਾ ਯਾਰ ਐਸੀ ਐਸੀ ਨੌਕਰੀ, ਕਿਉਂਕਿ ਸਾਰੀ ਜ਼ਿੰਦਗੀ ਤੁਸੀਂ ਤਰਸ ਆਧਾਰ ਤੇ ਨੌਕਰੀ ਵਾਲੇ ਵੱਜਣਾ, ਔਰ ਤੁਸੀਂ ਜਿੰਨੇ ਮਰਜ਼ੀ ਕਾਬਲ ਹੋ, ਤੁਸੀਂ ਇੱਕ ਮੰਤਰੀ ਦੀ ਜਵਾਈ ਦੀ ਪਛਾਣ ਤੋਂ ਵੱਧ ਕੁਛ ਕੁਛ ਵੀ ਆਪਣੀ ਪਛਾਣ ਨਹੀਂ ਰੱਖ ਸਕਦੇ। ਨਹੀਂ ਰੱਖ ਸਕੋਗੇ, ਬਿਲਕੁਲ ਜੀ। ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ, ਇਹ ਮੈਂ ਨਹੀਂ ਆਂਦਾ, ਰਾਘਵ ਚੱਡਾ ਦਾ ਬਿਆਨ ਆ। ਇਹ ਵਿੱਚੋਂ ਬਸ ਜੌਨੀ ਲੀਵਰ ਦੀ ਕਸਰ ਸੀਗੀ, ਇਹ ਸਾਡੀ ਪੰਜਾਬ ਦੀ ਰਾਜਨੀਤੀ ਦੇ ਜੌਨੀ ਲੀਵਰ ਬਾਲੀਵੁੱਡ ਹੀ ਬਣਾ ਛੱਡਿਆ ਇਹਨੂੰ। ਹਾਂ ਚੁੱਪ ਕਰਕੇ, ਹਾਂਜੀ, ਚੰਗੀ ਨਾਟਕ ਮੰਡਲੀ ਸਾਨੂੰ ਟੱਕਰੀ ਆ। ਖੈਰ ਦੇਖੋ ਗੱਲ ਕੀ ਆ ਕਿ ਇਹ ਉਹੀ ਰਾਖੀ ਸਾਵੰਤ ਆ ਫਿਰ ਜਿਹਦੇ ਮਗਰ ਮਗਰ ਤੁਸੀਂ ਤੁਰੇ ਫਿਰਦੇ ਸੀ, ਤੇ ਉਹੀ ਰਾਖੀ ਸਾਵੰਤ ਹੋਈ ਨਾ ਫਿਰ। ਗੱਲ ਤੇ ਉਹ ਆ ਕਿ ਪਤਾ ਨਹੀਂ ਕਿਸ ਤਰ੍ਹਾਂ ਇਹ ਰਾਜਨੀਤਿਕ ਖੇਡਾਂ ਜੀਆਂ ਚੱਲਣ ਡਈਆਂ। ਦਰਅਸਲ ਕੀ ਆ ਕਿ ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ, ਤੁਹਾਨੂੰ ਪਤਾ ਹੀ ਆ ਕਿ ਵਿਰੋਧੀਆਂ ਤੇ ਨਿਸ਼ਾਨੇ ਕੱਸਦਾ, ਉਹਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਟੀਕਾ ਲਾ ਦਿੱਤਾ। ਟੀਕਾ ਉਹਦੇ ਕੋਲ ਤਗੜਾ ਹੈ, ਟੀਕਾ ਉਹਦੇ ਕੋਲ ਤਗੜਾ ਹੈ, ਜਦੋਂ ਲਾਉਂਦਾ ਹੈ ਨਾ ਭਰ ਕੇ ਪੀੜ ਹੁੰਦੀ ਆ। ਜੀ ਅੱਜ ਬੀਬਾ ਬਾਦਲ ਵੀ ਕਹਿ ਰਹੇ ਸੀ ਕਿ ਉਹ ਗਿਰਗਟ ਤੋਂ ਵੀ ਪੈੜਾ, ਵਗੈਰਾ ਵਗੈਰਾ ਗੱਲਾਂ ਜਿਹੜੀਆਂ ਚੱਲਦੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਇਤਫਾਕ ਬੜਾ ਸੀਗਾ, ਬਾਅਦ ਦੇ ਵਿੱਚ ਵਿਗੜ ਗਈ। ਤਾਂ ਉਸੇ ਤਰ੍ਹਾਂ ਹੀ ਆ,
ਕਿ ਜਦੋਂ ਆਮ ਆਦਮੀ ਪਾਰਟੀ ਤੇ ਟੀਕਾ ਲਾਇਆ ਉਹਨੇ ਕਿਸਾਨ ਮੁੱਦੇ ਤੇ ਕਿ ਵੇਖੋ ਇਹਨਾਂ ਨੇ ਉਹ ਬਿੱਲ ਜਿਹੜੇ ਸੀਗੇ ਦਿੱਲੀ ਦੇ ਵਿੱਚ ਇੱਕ ਰੌਲਾ ਪੈਂਦਾ ਨਾ ਵਿਵਾਦ ਕਿ ਇਹਨਾਂ ਨੇ ਉਹ ਨੋਟੀਫਾਈ ਕਰ ਦਿੱਤੇ ਸਨ, ਤਾਂ ਉਸ ਸੰਦਰਭ ਦੇ ਵਿੱਚ ਗੱਲ ਕਹੀ ਹੈ ਤੇ ਇਹ ਕਹਿੰਦੇ ਕਿ ਰਾਖੀ ਸਾਵੰਤ ਆ। ਫਿਰ ਉਹਨਾਂ ਨੇ ਕਿਹਾ ਕਿ ਹੋਰ 4 ਦਿਨਾਂ ਨੂੰ ਤੁਸੀਂ ਵੇਖ ਲਓ ਇਹਨੇ ਕੈਪਟਨ ਦੇ ਦੁਆਲੇ ਹੋ ਜਾਣਾ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਮਿਹਣੋ ਮਿਹਣੀ ਹੋਣ ਵਾਲੀਆਂ। ਤੇ ਕੱਲ੍ਹ ਤੱਕ ਤੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮਤਲਬ ਕਿ ਐ ਮੰਨਦੇ ਸੀਗੇ ਕਿ ਇਹ ਤੇ ਹੀਰਾ ਆ, ਹੀਰੇ ਨੂੰ ਚੱਟਣ ਨੂੰ ਫਿਰਦੇ ਸੀ ਤੁਸੀਂ, ਚੱਟਣ ਤੱਕ ਜਾਂਦੇ ਸੀ। ਪਰ ਗੱਲ ਤੇ ਇਹੀ ਆ ਕਿ ਜਦੋਂ ਤੁਹਾਡੇ ਤੱਕ ਆਇਆ ਹੀ ਨਹੀਂ ਹੈ, ਹੁਣ ਤੁਹਾਨੂੰ ਰਾਖੀ ਸਾਵੰਤ ਲੱਗੇ ਚਾਹੇ ਅਮਰੀਸ਼ ਪੁਰੀ ਲੱਗੇ ਜੋ ਮਰਜ਼ੀ ਆ, ਪਰ ਇੱਕ ਗੱਲ ਆ, ਇੱਕ ਗੱਲ ਹੋਰ ਕਹੂੰਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਦਾ ਟੀਕਾ ਹੀ ਲੱਗ ਰਿਹਾ, ਜਿਵੇਂ ਉਹ ਲਾਉਂਦਾ ਹੈ ਨਾ ਨਵਜੋਤ ਜੀ ਸਿੰਘ ਸਿੱਧੂ, ਕਿਸੇ ਨੂੰ ਉੱਠ ਕੇ ਮੁੰਨੀ ਕਹਿ ਦੇਣਾ, ਕਿਸੇ ਨੂੰ ਉੱਠ ਕੇ ਮੌਨ ਮੋਹਨ ਕਹਿ ਦੇਣਾ, ਕਿਸੇ ਨੂੰ ਉੱਠ ਕੇ ਕਹਿ ਦੇਣਾ ਕਿ ਸਰਦਾਰ ਨਹੀਂ ਇਹ ਸਰਦਾਰ ਹੈ, ਸਰਦਾਰ ਨਹੀਂ ਹੈ, ਵਗੈਰਾ ਵਗੈਰਾ। ਕਿਸੇ ਨੂੰ ਹਰਸਿਮਰਤ ਕੌਰ ਬਾਦਲ ਪ੍ਰਤੀ ਕਿਹੋ ਜਿਹੀ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਉਹਨੇ, ਮੈਂ ਤਾਂ ਬੋਲ ਹੀ ਨਹੀਂ ਸਕਦਾ। ਸੋ ਇਹਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਬੇਸ਼ੱਕ ਚਿੱਟੀ ਦਾੜੀ ਨੂੰ ਤੁਸੀਂ ਕਲਫ ਲਾ ਕੇ ਲੁਕਾ ਸਕਦੇ ਹੋ, ਪਰ ਤੁਹਾਡੀ ਉਮਰ ਜਿਹੜੀ ਆ ਲੁਕਦੀ ਨਹੀਂ ਹੈ। ਸਿਆਣੇ ਬੰਨ ਦੀ ਜ਼ਰੂਰਤ ਆ ਇੱਥੇ, ਪਰ ਆਉਂਦੇ ਹੁੰਦੇ ਆ ਕਿ ਜਦੋਂ ਇੱਕ ਕਮਲਾ ਹੋਵੇ ਤੇ ਸਮਝਾਵੇ ਵਿਹੜਾ, ਤੇ ਜਦੋਂ ਵਿਹੜੇ ਦਾ ਹੀ ਵਿਹੜਾ ਗਰਕ ਗਿਆ ਤੇ ਸਮਝਾਵੇ ਕਿਹੜਾ। ਸਮਝ ਆ ਗਿਆ, ਇੱਥੇ ਸਾਡਾ ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰਾ ਵਿਹੜਾ ਹੀ ਹੈ ਜਿਹੜਾ ਉਹ ਗਰਕਿਆ ਪਿਆ। ਗਰਕਿਆ ਪਿਆ ਬਿਲਕੁਲ। ਜੇ ਇੱਕ ਖੂਹ 'ਚ ਛਾਲ ਮਾਰਦਾ ਮਗਰੇ ਹੀ ਸਾਰੇ ਜਿਹੜੇ ਤੁਰੇ ਆਉਂਦੇ, ਲੈ ਵੀ ਆਪਾਂ ਵੀ ਜਾ ਕੇ ਦੇਖੀਏ ਪਤਾ ਨਹੀਂ ਕਿਹੜਾ ਮੋੜ ਲੱਭਣਾ ਹੀ ਉੱਥੇ। ਕਨ੍ਹੱਈਆ ਕੁਮਾਰ ਜਾ ਸਕਦਾ ਕਹਿੰਦੇ ਕਾਂਗਰਸ 'ਚ? ਹਾਂਜੀ, ਦੇਖੋ ਇਹ ਚਰਚਾ ਚੱਲ ਰਹੀ ਆ, ਹਾਲੇ ਓਫੀਸ਼ੀਅਲੀ ਤਾਂ ਕੁਛ ਨਹੀਂ ਹੈ। ਦੱਸਦੇ ਆ ਕਿ ਪਰਦੇ ਦੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਇੱਕ ਭੂਮਿਕਾ ਅਦਾ ਕਰ ਰਿਹਾ ਹੈ। ਉਹਦੇ 'ਚ ਇਹ ਆ ਕਿ ਹਾਰਦਿਕ ਪਟੇਲ ਤਾਂ ਲੈ ਹੀ ਗਏ ਸੀਗੇ, ਤੁਹਾਨੂੰ ਯਾਦ ਹੋਣਾ ਹਾਰਦਿਕ ਪਟੇਲ ਤੇ ਕਾਂਗਰਸ ਦੇ ਵਿੱਚ ਜੁਆਇਨ ਕਰ ਗਿਆ ਸੀਗਾ। ਤੇ ਇਸ ਤੋਂ ਇਲਾਵਾ ਜਗਨੇਸ਼ ਮਵਾਨੀ ਆ ਜਿਹੜਾ, ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਓਫੀਸ਼ੀਅਲੀ ਕਾਂਗਰਸ ਜੁਆਇਨ ਕਰ ਸਕਦਾ ਹੈ। ਮਵਾਨੀ ਦਾ ਤਾਂ ਸਭ ਨੂੰ ਪਤਾ ਹੋਏਗਾ, ਜੇ ਨਹੀਂ ਤਾਂ ਮੈਂ ਫਿਰ ਰਿਪੀਟ ਕਰ ਦਿੰਦਾ ਵਾਂ ਜੀ। ਕਿ ਜਦੋਂ ਇਲੈਕਸ਼ਨ ਲੜਿਆ ਸੀ, ਵਿਧਾਇਕ ਬਣਿਆ ਸੀ, ਤਾਂ ਕਾਂਗਰਸ ਨੇ ਉਹਦੇ ਆਪੋਜ਼ਿਟ ਆਪਣਾ ਕੈਂਡੀਡੇਟ ਮੈਦਾਨ 'ਚ ਨਹੀਂ ਸੀ ਉਤਾਰਿਆ। ਤਾਂ ਇੱਕ ਮਤਲਬ ਕਿ ਸਾਫ਼ ਸੰਕੇਤ ਆ ਕਿ ਉਹ ਮਵਾਨੀ ਦੇ ਨਾਲ ਮਿਲ ਕੇ ਚੱਲ ਰਿਹਾ। ਤੇ ਤੀਸਰੇ ਪਾਸੇ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਕਹਿ ਲਓ ਕਿ ਚਰਚਾ ਹੈ, ਉਹ ਇਹ ਆ ਕਿ ਕਨ੍ਹੱਈਆ ਕੁਮਾਰ ਵੀ ਕਾਂਗਰਸ ਦੇ ਵਿੱਚ ਆ ਸਕਦਾ। ਜੇ ਕੋਈ ਬਹੁਤ ਵੱਡੀ ਖਬਰ ਚੱਲ ਰਹੀ ਆ, ਜੀ ਹਾਲਾਂਕਿ ਬਰਥਡੇ ਬੋਆਏ ਦੇ ਅੱਜ ਜਸ਼ਨਾਂ ਦੇ ਵਿੱਚ ਸਭ ਕੁਝ ਹੈ ਜਿਹੜਾ ਦੱਬ ਜਾਂਦਾ ਆ, ਪਰ ਇਹ ਓਕੇ ਬਹੁਤ ਬਹੁਤ ਖਬਰ ਟ੍ਰੈਂਡ ਕੀਤੀ ਅੱਜ ਸਵੇਰ ਤੱਕ, ਤਾਂ ਚਰਚਾ ਬਹੁਤ ਚੱਲੀ ਇੰਡੀਆ ਦੇ ਵਿੱਚ। ਪਰੰਤੂ ਆਫੀਸ਼ੀਅਲੀ ਕਨ੍ਹੱਈਆ ਨੇ ਇਹਦਾ ਖੰਡਨ ਨਹੀਂ ਕੀਤਾ। ਮੈਂ ਤਾਂ ਹੁਣ ਤੱਕ ਕਹਿ ਲਓ ਕਿ ਲੋਹੜੇ ਵੇਲੇ ਤੋਂ ਬਾਅਦ ਤੱਕ ਤਾਂ ਕੋਈ ਖੰਡਨ ਨਹੀਂ ਦੇਖਿਆ, ਦੇਖਿਆ ਨਹੀਂ। ਜਦਕਿ ਜਿਹੜੇ ਰਾਜਾ ਜੀ ਹੈ ਇਹਨਾਂ ਦੇ CPI ਵਾਲਿਆਂ ਦੇ, ਉਹ ਕਹਿੰਦੇ ਆ ਕਿ ਪਿਛਲੇ ਦਿਨੀ ਕੌਮੀ ਕਾਰਜਕਾਰਨੀ ਦੀ ਜਦੋਂ ਮੀਟਿੰਗ ਹੋਈ ਉਦੋਂ ਕਨ੍ਹੱਈਆ ਆਇਆ ਸੀ, ਉਹਨੇ ਆਪਣੇ ਵਿਚਾਰ ਵੀ ਪ੍ਰਗਟਾਏ ਆ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵਿਚਾਰਾਂ ਦਾ ਕੀ ਹੈ, ਵਿਚਾਰ ਤੇ ਇੱਕ ਮਿੰਟ 'ਚ ਬਦਲ ਜਾਂਦਾ। ਇੱਕ ਸਾਧੂ ਹੈ ਧੂਣੇ ਤੇ ਬੈਠਾ, ਕਿਸੇ ਨੇ ਆ ਕੇ ਚੁੰਡੀ ਵੱਢਤੀ ਤੇ ਚਿਮਟਾ ਮਾਰਿਆ ਉਹਨੇ ਸਿਰ ਦੇ ਵਿੱਚ, ਤੇ ਬੰਦਾ ਫੜਕਾ ਦਿੱਤਾ, ਵਿਚਾਰ ਹੀ ਬਦਲਿਆ, ਗੁੱਸਾ ਆਇਆ, ਤੇ ਪਹਿਲਾਂ ਤੇ ਸ਼ਾਂਤ ਬੈਠਾ ਸੀਗਾ। ਗੱਲ ਤੇ ਵਿਚਾਰ ਦੀ ਆ, ਇੱਕ ਘੁਮਿਆਰ ਹੈ ਮਿੱਟੀ ਦੇ ਨਾਲ ਚਿਲਮ ਬਣਾਉਣ ਲੱਗਾ ਤੇ ਯਕਦਮ ਵਿਚਾਰ ਆ ਗਿਆ ਕਿ ਸਰਾਈ ਬਣਾ ਦੀ, ਕਿੱਥੇ ਚਿਲਮ ਦੇ ਵਿੱਚ ਅੱਗ ਫੂਕੀ ਜਾਣੀ ਸੀ ਸਾਰੀ ਜ਼ਿੰਦਗੀ, ਤੇ ਕਿੱਥੇ ਉਸ ਮਿੱਟੀ ਨੇ ਖੁਦ ਵੀ ਐ ਸ਼ੀਤਲ ਰਹਿਣਾ ਤੇ ਲੋਕਾਂ ਦੇ ਮਨਾਂ ਨੂੰ ਵੀ ਸ਼ੀਤਲ ਕਰਨਾ। ਵਿਚਾਰ ਹੀ ਬਦਲ ਗਿਆ ਨਾ ਤਾਂ ਸਾਰਾ ਕੁਝ ਬਦਲ ਜਾਂਦਾ। ਤੇ ਗੱਲ ਤੇ ਵਿਚਾਰ ਦੀ ਆ, ਉਹਨਾਂ ਨੇ ਉਦੋਂ ਵਿਚਾਰ ਪ੍ਰਗਟਾਏ, ਹੁਣ ਉਹਨਾਂ ਦਾ ਕੀ ਵਿਚਾਰ ਆ ਮੈਟਰ ਇਹ ਕਰਦਾ ਆ। ਤੇ ਬਾਕੀ ਭਾਈ ਕਾਂਗਰਸ ਨੂੰ ਇਸ ਵੇਲੇ ਦਰਕਾਰ ਆ, ਇਹਨਾਂ ਦੇ ਜਿਹੜੇ ਕੁਛ ਕਹਿ ਲਓ ਕਿ ਯੂਥ ਬ੍ਰਿਗੇਡ ਦੇ ਲੀਡਰ ਸੀ ਤਗੜੇ, ਜਿਵੇਂ ਜੋਤੀਰਾਦਿੱਤਿਆ ਸਿੰਧੀਆ, ਕੁਛ ਹੋਰ 2-4 ਐਸੇ ਲੀਡਰ ਸੀਗੇ ਜਿਹੜੇ ਚਲੇ ਗਏ, ਗਾਏ ਬਗਾਏ ਵਕਤ ਬੇਵਕਤ ਉਹ ਇੱਥੋਂ ਨਿਕਲ ਗਏ। ਤੇ ਆ ਹੁਣ ਤਾਂ ਆਪਾਂ ਵੇਖਿਆ ਸੀਗਾ ਕਿ ਮੁੰਡਾ ਸਚਿਨ ਪਾਇਲਟ ਸੀਗਾ ਜਿਹੜਾ ਰਾਜਸਥਾਨ ਵਾਲਾ, ਜੀ ਉਹ ਜੀ ਵੀ ਤਕਰੀਬਨ ਤਕਰੀਬਨ ਗੇਰ ਪਾ ਚੱਲਿਆ ਸੀਗਾ। ਸੋ ਮੰਨਿਆ ਜਾ ਰਿਹਾ ਕਿ ਕਾਂਗਰਸ ਹੁਣ ਯੰਗ ਲੀਡਰਾਂ ਦੀ ਟੀਮ ਜਿਹੜੀ ਆ ਉਹ ਨਹੀਂ ਰਹੀ, ਤਾਂ ਮੇਰੇ ਖਿਆਲ ਦੇ ਨਾਲ ਉਸ ਚੀਜ਼ ਨੂੰ ਧਾਰ ਦੇਣ ਵਾਸਤੇ, ਨੌਜਵਾਨੀ 'ਚ ਬੜਾ ਜੋਸ਼ ਹੁੰਦਾ ਜਜ਼ਬਾ ਹੁੰਦਾ ਤੁਹਾਨੂੰ ਪਤਾ ਹੀ ਆ, ਤਾਂ ਉਸ ਚੀਜ਼ ਨੂੰ ਧਾਰ ਦੇਣ ਵਾਸਤੇ ਸ਼ਾਇਦ ਇਹ ਤੋੜ ਮਰੋੜ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜੀ। ਸੋ ਦੇਖੋ ਇਹਨਾਂ ਦਾ ਕੀ ਬਣਦਾ ਆ। ਸਭ ਨੂੰ ਪਤਾ ਆ ਹੁਣ ਮਿੰਟੂ ਜੀ ਵੀ ਆ ਗਈਆਂ ਇਲੈਕਸ਼ਨਾਂ ਨਜ਼ਦੀਕ,
ਠੇਕੇਦਾਰਾਂ ਨੂੰ ਪੰਜਾਬ ਸਰਕਾਰ ਨੇ ਜਿਹੜੀ ਰਾਹਤ ਦਿੱਤੀ ਆ, ਲਾਇਸੈਂਸ ਫੀਸ ਮਾਫ਼ ਕੀਤੀ ਆ, ਉੱਧਰ ਕੁਛ ਕੁ ਜਿਹੜੀਆਂ ਸਹਾਇਕ ਪ੍ਰੋਫੈਸਰ ਲਾਇਬ੍ਰੇਰੀਆਂ ਦੀ ਭਰਤੀ ਨੂੰ ਮਨਜ਼ੂਰੀ ਕੀਤੀ ਆ, ਇਹ ਸਭ ਇਸੇ ਦੇ ਚੱਲਦੇ ਦੇਖ ਕੇ ਕੀਤਾ ਇਹਨਾਂ? हाँ जी देखो ये तो हूँ ऐलान शिलान तो सब कुछ चलेगा ही है, ये तो आपां नूं पता ही है कि इदां ऐलान होणगे, पर मैं समझदा कि चलो जिन्नियां भर्तियां होनियां चाहीदियां उन्नियां तो नहीं है, जी पर फिर भी जिन्नियां भी हो सकदियां कर लैण तां ठीक है। मेरा तो मनना यह है कि पहली गल तो कि जिहड़े कच्चे है पहलां उहनां नूं वेख्या जाणा चाहीदा, एडजस्ट किया जाए, पक्के किया जाए, तो जिहड़े बेरोजगार आ बहुत वड्डियां वड्डियां डिग्रियां करके बैठे वो डिग्री होल्डर वो पक्के किसी जॉब ते लाए जान, दूसरे जिहड़े आ होर वो भी सैट किए जाना, अं तो सारे लिए कहने पर कुछ भी नहीं करते। 18 नवे सरकारी कॉलेजों की 160 हिसाब ला लो कि एक कॉलेज में किन्ने आए, मेरे ख्याल के 10 तो भी घट आने, ये हिसाब ला लो तुम कि किन्ने को बनगे, तो फिर 17 लाइब्रेरियन की भर्ती को मंजूरी यार की 17 18 कॉलेज 17 लाइब्रेरियन, साडिया स्कूलों दिया लाइब्रेरियां खत्म ने, किसी च कोई लाइब्रेरियन नहीं है मेरे ख्याल, जे तुसी देखोगे जिहड़ियां जिला लाइब्रेरियां उन्हां दा भी तकरीबन इहो हाल आ, जिहड़े पहला सरकारी कॉलेज चल रहे उन्हां दा भी इह हाल रहा। तां ठीक है तुसी चलो 17 कर रहे हो, पर मेरा मनना कि बहुत होर करन दी जरूरत आ, लाइब्रेरियां दा एक ते कल्चर ही विकसित करन दी जरूरत आ, दूसरा कि जिहड़ियां सामियां मेरे कोल सारा डाटा पिया, किसे दिन लाइब्रेरियां ते आपां खोल लवांगे कुंडली, जी कोई चक्कर नहीं है, कल नूं ही कर लवांगे गल, आपां लाइब्रेरियां दी जे गल चली आ ते मैं जी कढ लिआऊंगा डाटा। तां कहण दा मतलब इह आ कि लाइब्रेरियां तां पिंड पिंड होणियां चाहीदियां। देखो मैं हमेशा चंगी गल नूं चंगी गल कहना, बठिंडे दे विच इक एडीसी साहब आए आ, मैं नां भुल गया उहनां दा, उन्हां ने 10 पिंडां च लाइब्रेरियां खुलवा दित्तियां, उह कहिंदे मैं पिंड पिंड लाइब्रेरी खोलूं बठिंडे, पिंड पिंड दे विच ते 10 लाइब्रेरियां वड्डे पिंडां दे विच खुल गईआं, उह कहिंदे कि साडी पाइपलाइन दे विच होर पिंड आ, असीं छड्डना ही कोई नहीं पिंड। वैसे भी बठिंडे दे कई पिंडां दे विच लाइब्रेरियां ऑलरेडी बहुत शानदार तरीके नाल चल रहीआं, सो जिहड़ी भर्ती कर रहे आ ठीक आ, ते इह जिहड़ी होणी भी चाहीदी आ। बाकी गल ये जी ठेकेदारा लाइसेंस फीस की रायत देने का मसला है, ये ना एक दो चीजा ने राजकरणबीर सिंह जी, जी एक तो यह कि जेडे शराब के ठेकेदार आ ना उन्हों की एक लॉबी आ, एडी जबरदस्त लॉबी आ, जे उन्हों चो चार पांच बंदे भी कहण के असी बोली नहीं देनी। देखो ये गल्ला ना पंजाबी मीडिया नहीं दसदा खुल के, और स्थापित करने वास्ते भी कई बार तुहानू समस्या आउंदी है, सानू पता है कि ये एक तरह नाल कह लो कि एक ऐसी लॉबी है जो सिंडीकेट आ, जिवें तुहानू याद होना है कि इन्हां ने जाखड़ नहीं चक के अंदर करवाया सीगा, आ जिहड़ा हैगा सी अबोर वाला छोली शिमला डोडा भीम कतलकांड दे विच। जी अच्छा डोडा जदों अंदर हो गया इन्हां दी सरकार आ गई, सजा हो गई, चलो उन्हां ने जो कर्म कीता सी उहदी सजा भुगतन, सच जाणो इन्हां ने लत चक ली कि असी ठेके नहीं लवांगे, अबोर तो लैके फाजिलका बठिंडा तक इन्हां दी चीक पै गई, ते इन्हां ने बकायदा एक अफसर फिरोजपुर जेल दे विच घल्लिया जिहड़ा गोडे फड़ के आया देख शिवलाल लो। डोडे दे, फिर उन्हां ने बोली दित्ती सी कि तुसीं आप ही अंदाजा ला लो। इदां ही एक फरीदकोट का शराब कारोबारी है, इस तरह मतलब कि 5-7 कारोबारी हैगे ने, जे उह कह देण कि नहीं ते नहीं इन्हां दे कोल, फिर तुहानू पता रेवेन्यू वास्ते बचदा ही की आ, शराब ते तेल ही ते है ना एक, सो इस करके ये कोविड दे विच कहिंदे कि जो साडा नुकसान होया भरपाई करो, तां 30% लाइसेंस फीस जिहड़ी है वो इन्हां ने छड्ड दित्ती है, पर तुसीं ये देखो कि स्कूलां दी फीस नहीं छड्डी किसे ने, स्कूलां दी फीस स्कूल लै गए सी, इन्हां ने कहा सी ना भरो जी ये करो वो करो, वो कोर्ट दे थ्रू लै गए सीगे, पर जिहड़ी ये गल है ना कि सारा कुछ ये वड्डे रसूखदारां दा चलदा, रसूखदारां नूं हमेशा छोट मिलदी आ, इसे तरह ट्रांसपोर्टरां नूं छोट मिल गई सीगी, क्योंकि ट्रांसपोर्ट फाइनेंस मिनिस्टर दी भी हैगी है, कने की जी ये नहीं है कि उहदे कल्ले ताया जी दी आ, अपनी भी हैगी आ, सो उहनां नूं भी टैक्स तो छोट मिल गई सी, पर आम बंदे जिहड़ा इस सूबे नूं चला रिहा वा, इस मुल्क नूं चला रिहा वा, मिडल क्लास, ਤੁਸੀਂ ਇੱਕ ਧੇਲੇ ਦੀ ਰਾਇਤ ਕਦੇ ਮਿਡਲ ਕਲਾਸ ਨੂੰ ਦਿੱਤੀ ਤਾਂ ਦੱਸਦੇ ਹੋ, ਤੁਸੀਂ ਉਹਦੇ ਬਿਜਲੀ ਦੇ ਮੀਟਰ ਦੀਆਂ ਵੀ ਕਦੇ 100 ਯੂਨਿਟਾਂ ਨਹੀਂ ਮਾਫ਼ ਕੀਤੀਆਂ ਕਿ ਲੈ ਭਰਾਵਾ
ਕੋਵਿਡ ਕਰਕੇ ਤੇਰਾ ਕੰਮ ਧੰਦਾ ਮੰਦਾ ਹੋਊਗਾ, ਤੈਨੂੰ 100, 200, 300 ਯੂਨਿਟੀ ਵਿੱਚੋਂ ਮਾਫ ਕਰ ਦਿੰਦੇ ਆ। ਚੀਕ ਨਿਕਲੀ ਪਈ ਹੈ ਇੱਥੇ ਜਿਹੜਾ ਮਿਡਲ ਕਲਾਸ ਆ, ਜਿਹੜਾ ਚਲੋ ਗਰੀਬ ਆ, ਉਹ ਤੇ ਵਿਚਾਰਾ ਟਾਈਮ ਉਸੇ ਤਰ੍ਹਾਂ ਹੀ ਪਾਸ ਕਰਦਾ ਤੇ ਉਹਨੂੰ ਵੈਲਫੇਅਰ ਦੀ ਜ਼ਰੂਰਤ ਵੀ ਆ। ਅਮੀਰ ਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਕੋਈ ਨਹੀਂ, ਪਰ ਜਿਹੜਾ ਵਿੱਚ ਵਿਚਾਲੇ ਖਲੋਤਾ ਹੈ ਉਹ ਹੁਣ ਹੌਲੀ 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 ਥੱਲੇ ਨੂੰ ਜਾ ਰਿਹਾ, ਉਹ ਵੀ ਗਰੀਬ ਹੋ ਰਿਹਾ। ਮਤਲਬ ਕਿ ਇਹ ਸਾਡੀ ਰਲ ਮਿਲ ਕੇ ਪ੍ਰਾਪਤੀ ਹੈ ਸੂਬਿਆਂ ਦੀ ਤੇ ਕੇਂਦਰ ਸਰਕਾਰ ਦੀ ਕਿ ਜਿਹੜਾ ਮਿਡਲ ਕਲਾਸ ਸੀ ਉਹਨੂੰ ਵੀ ਹੌਲੀ 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 ਗਰੀਬ ਕੀਤਾ ਜਾ ਰਿਹਾ। ਜੀ ਜੀ ਤੇ ਬਠਿੰਡੇ ਦੇ ADC ਆ ਪਰਮਵੀਰ ਸਿੰਘ IAS ਜਿਹੜੇ ਆ ਜੀ, ਹਾਂਜੀ ਤੇ ਆਪਾਂ ਇੱਥੇ ਇੱਕ ਹੁਣ ਲਵਾਂਗੇ ਜੀ ਬ੍ਰੇਕ, ਤੇ ਸਰੋਤੇ ਜੇ ਤੁਹਾਡੇ ਵੀ ਸਵਾਲ ਹੋਏ ਤਾਂ ਤੁਸੀਂ ਹੁਣ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਆ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200, 408-272-5200, ਤੇ ਮਿੰਟੂ ਜੀ ਮਿਲਦੇ ਆ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਓਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401K ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6,000 to $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 to 65 cents ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 530-788-2588, 530-788-2588, 559-660-2201, 559-660-2201। ਕੀ ਤੁਸੀਂ ਧੁੱਪ ਵਿੱਚ ਕੰਮ ਕਰਦੇ ਹੋ? ਕੈਲੀਫੋਰਨੀਆ ਦੇ ਕਾਨੂੰਨ ਤੁਹਾਨੂੰ ਛਾਂ, ਪਾਣੀ ਪੀਣ ਅਤੇ ਕੰਮ ਦੇ ਦੌਰਾਨ ਰੈਸਟ ਬ੍ਰੇਕਸ ਲੈਣ ਦਾ ਹੱਕ ਦਿੰਦੇ ਹਨ। ਕਿਉਂ? ਤੁਹਾਨੂੰ ਤੰਦਰੁਸਤ ਰੱਖਣ, ਡੀਹਾਈਡਰੇਸ਼ਨ ਤੋਂ ਬਚਾਉਣ, ਹੀਟ ਐਗਜ਼ੌਸਟਨ ਅਤੇ ਹੋਰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਵਾਸਤੇ। ਤੁਹਾਨੂੰ ਸੁਰੱਖਿਅਤ ਰੱਖਣ ਲਈ ਮਾਲਕਾਂ ਨੂੰ ਪੀਣ ਵਾਲਾ ਪਾਣੀ, ਆਰਾਮ ਅਤੇ ਛਾਂ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਕਰਮਚਾਰੀਆਂ ਨੂੰ ਸੰਕਟ ਨਾਲ ਨਿਪਟਣ ਲਈ ਮਾਲਕਾਂ ਨੂੰ ਸਿੱਖਿਆ ਦੇਣੀ ਲਾਜ਼ਮੀ ਹੈ। ਆਪਣੇ ਹੱਕਾਂ ਨੂੰ ਪਛਾਣੋ। ਹੋਰ ਜਾਣਕਾਰੀ ਲਈ 99calor.org ਤੇ ਜਾਓ। ਇਹ ਸੰਦੇਸ਼ ਕੈਲੋਸ਼ਾ ਤੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200। ਜੇਕਰ ਤੁਸੀਂ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਪਾਣੀ ਪੀਣ ਲਈ ਪਿਆਸ ਦੀ ਉਡੀਕ ਨਾ ਕਰੋ। ਤੁਹਾਡੇ ਮਾਲਕ ਲਈ ਤੁਹਾਨੂੰ ਮੁਫ਼ਤ ਅਤੇ ਅਕਸਰ ਪੀਣ ਲਈ ਤਾਜ਼ਾ ਪਾਣੀ ਦੀ ਸੇਵਾ ਦੇਣੀ ਲਾਜ਼ਮੀ ਹੈ। ਬਹੁਤੀ ਗਰਮੀ ਦੇ ਵਿੱਚ ਅਕਸਰ ਪਾਣੀ ਦਾ ਸੇਵਨ ਕਰੋ। ਆਪਣੇ ਹੋਰ ਹੱਕਾਂ ਨੂੰ ਪਛਾਣਨ ਲਈ 99calor.org ਤੇ ਜਾਓ। ਇਹ ਸੰਦੇਸ਼ ਕੈਲੋਸ਼ਾ ਤੋਂ ਹੈ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨੀ ਖਾਧੀ ਅੱਜ? ਮੈਂ ਕਿੱਥੇ ਪੁੱਤ, ਦਵਾਈ ਤਾਂ ਨਪੁੱਤਿਆਂ ਦੀ ਪਰਸੋਂ ਦੀ ਮੁੱਖੀ ਆ। ਓ ਸ਼ਾਨਿਆ, ਉਹ ਦਵਾਈ ਨੀ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ, ਮੈਂ ਮੁੜ ਆਇਆ। ਆਹੋ, ਤੂੰ ਛੇਤੀ ਆ ਕੇ ਦਾਲ ਚੁਗਣੀ ਸੀ ਨਾ, ਮੈਨੂੰ ਜਾਣਾ ਪੈਣਾ ਚਾਚਾ ਗੱਜਣ ਸੋਨੂੰ ਨਾਲ ਲੈ ਕੇ। ਓ ਭਤੀਜਾ, ਕਿੱਧਰ ਖਜਲ ਹੁੰਦੇ ਫਿਰਾਂਗੇ? ਓ ਚਾਚਾ, ਆਪਾਂ ਦੋਵੇਂ ਰਲ ਕੇ ਅੰਗਰੇਜ਼ੀ ਵਾਲਾ ਬੁੱਤਾ ਦਾ ਸਾਰ ਹੀ ਲਵਾਂਗੇ। ਓ ਛੱਡ, ਤੂੰ ਮੇਰੀ ਸੋਹਣਾ, ਨਟੋਮਸ ਫਾਰਮੇਸੀ ਖੁੱਲੀ ਆਪਣੇ ਸ਼ਹਿਰ ਦੇ ਵਿੱਚ, ਤੂੰ ਇੱਕ ਫੋਨ ਕਰ, ਦਵਾਈ ਨਛੱਤਰ ਕੌਰ ਦੀ ਅਗਲਿਆ ਘਰ ਪਹੁੰਚਾ ਦੇਣੀ ਆ। ਬਸ ਤੂੰ ਨੰਬਰ ਲਿਖ 916-514-9530। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਦੇ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਬਜ਼ੁਰਗਾਂ ਦੇ ਲਈ ਫ੍ਰੀ ਲੋਕਲ ਡਿਲੀਵਰੀ ਦਾ ਵੀ ਪ੍ਰਬੰਧ ਹੈ। ਕਾਲ ਨਟੋਮਸ ਫਾਰਮੇਸੀ 916-514-9530, 916-514-9530। ਵਾਹ ਸ਼ੀਤਲ, ਇੰਨੇ ਸੋਹਣੇ ਝੁਮਕੇ ਕਿੱਥੋਂ ਬਣਵਾਏ ਆ? ਇਹ ਝੁਮਕੇ ਕਸਟਮ ਮੇਡ ਨੇ, ਬਣਵਾਏ ਨੇ ਸਪੈਸ਼ਲੀ ਨੂਰ ਮਹਿਲ ਜੁਐਲਰਸ ਤੋਂ, ਜਿਹੜੇ ਮਾਡਰਨ ਤੇ ਐਂਟੀਕ ਜੁਐਲਰੀ ਚ ਨੰਬਰ 1 ਨੇ। ਹਾਂਜੀ, ਨੂਰ ਮਹਿਲ ਜੁਐਲਰਸ, ਜੋ 1990 ਤੋਂ ਆਪਣੇ ਗਹਿਣਿਆਂ ਦੇ ਨਾਲ ਲੋਕਾਂ ਨੂੰ ਸਜਾ ਰਹੇ ਨੇ, ਜਿਨ੍ਹਾਂ ਦੇ ਨਾਮ ਵਿੱਚ ਹੈ ਸ਼ਿਓਰਿਟੀ। ਹਰ ਤਰ੍ਹਾਂ ਦੇ ਸੋਨੇ ਚਾਂਦੀ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ, ਭਾਵੇਂ ਸੋਨੇ ਚਾਂਦੀ ਦੇ ਸਿੱਕੇ ਵੀ ਖਰੀਦੋ, ਤੇ ਤੁਸੀਂ ਕਸਟਮ ਮੇਡ ਡਿਜ਼ਾਈਨ ਵੀ ਇਹਨਾਂ ਕੋਲੋਂ ਗਹਿਣਿਆਂ ਦੇ ਬਣਵਾ ਸਕਦੇ ਹੋ। ਰਾਸ਼ੀ ਨਗ ਵਾਲੀਆਂ ਰਿੰਗਸ ਵੀ ਇਹਨਾਂ ਕੋਲ ਅਵੇਲੇਬਲ ਨੇ, ਤੁਸੀਂ ਆਪਣੇ ਪੁਰਾਣੇ ਗਹਿਣੇ ਵੀ ਇਹਨਾਂ ਨੂੰ ਵੇਚ ਸਕਦੇ ਹੋ। ਓਪਨ ਸਵੇਰੇ 10:30 ਤੋਂ ਸ਼ਾਮ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਕਾਲ ਕਰੋ
216-692-8121 916-692-8121 Nurwell Jewelers, Sacramento 2840 Del Paso Road, Suite 200 Nurwell Jewelers, Sacramento, Yuba City Wale ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂ ਐੱਸ ਏ ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200 408-272-5200 ਮਾਂ ਮੱਖਣੀ ਤਾਂ ਬਿਲਕੁਲ ਢਾਬੇ ਵਰਗੀ ਸਵਾਦ ਬਣੀ ਹੈ ਮਜ਼ਾ ਹੀ ਆ ਗਿਆ ਓ ਜੀ ਹਰੇਕ ਦਾਲ ਚੋਂ ਹੁਣ ਤੁਹਾਨੂੰ ਵੱਖਰਾ ਸਵਾਦ ਹੀ ਮਿਲੇਗਾ ਇਹੀ ਤਾਂ ਹੈ ਦੁਆਰਕਾ ਆਰਗੈਨਿਕ ਦਾਲਾਂ ਦਾ ਕਮਾਲ 100% ਨੈਚੁਰਲ ਕੋਈ ਪੈਸਟੀਸਾਈਡਸ ਨਹੀਂ ਪਿਓਰ ਐਂਡ ਨੈਚੁਰਲ ਯੂਜ਼ ਆਰ ਆਰਗੈਨਿਕ ਦਾਲ ਸਪਾਈਸਿਸ ਫਲੋਰਸ ਐਂਡ ਆਇਲਸ ਦੁਆਰਕਾ ਆਰਗੈਨਿਕ ਦਾਲ ਸਾਰੇ ਇੰਡੀਅਨ ਸਟੋਰਸ ਤੇ ਅਵੇਲੇਬਲ ਹੈ Altamira Urgent Care 3033 El Camino Avenue Sacramento jithe Dr. Jaswant Virk MD Internal Medicine di nigrani heth sehat sevaavan dinde han PCR COVID test kise vi mulk de vich travel karan de layi 2 ghantiyan vich result COVID antigen antibody test laboratory test x-ray ECG ultrasound for pregnant women har tarah de examination body injury sports medicine laceration repair broken bones casting adiyan sevaavan dinde han call 916-515 9194-916-515-9194 Altamira Urgent Care 3033 El Camino Avenue Sacramento Mera Dwada Sara da Radio Punjabi Radio USA Punjabi Radio USA Suni rakho te moj banao moj banao moj banao ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਨੂੰ ਸਭ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਿੰਟੂ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਤੇ ਕਾਲ ਕਰ ਸਕਦੇ ਹੋ ਤੁਸੀਂ ਨੰਬਰ 408-272-5200 4082-72-5200 ਦੇ ਉੱਤੇ ਆਓ ਵਾਰੀ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ ਲਕਸ਼ਮਣ ਸਿੰਘ ਜੋਹਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ ਮਿੰਟੂ ਜੀ ਆਪਣੇ ਆਪਣੇ ਗੁਰਦਾਸਮਾਨ ਨੇ ਤਾਂ ਲਾਡੀ ਸ਼ਾਹ ਤੇ ਚਾਰ ਬਰੂਸੀ ਕੀਤੀ ਸੀ ਉਹ ਸਿੱਖਾਂ ਨੇ 200 ਮੀਟਰ ਦੌੜ ਪਾਤੀ ਆ ਤੇ ਆ ਜਿਹੜਾ ਨਵਾਂ ਮੰਤਰੀ ਆ ਇਹਨੂੰ ਭਗਵਾਨ ਦਾ ਪਾਨ ਚਾਹਣਗੇ ਕਿ ਨਹੀਂ ਹਿੰਦੂ ਸਾਰੇ ਥੋੜੇ ਭਗਤਾਂ ਜਿਹੜੇ ਵਿਰੋਧੀ ਹਿੰਦੂ ਆ ਚਾਹਣਗੇ ਪਾਨ ਨਹੀਂ ਤੇ ਦੂਜਾ ਸਵਾਲ ਮੇਰਾ ਇਹ ਆ ਵੀ ਜਿਹੜਾ ਹਰਿਆਣੇ ਵਾਲਾ ਰਾਣਾ ਗੋਲਡਨ ਢਾਬੇ ਵਾਲਾ ਉਹਦਾ ਢਾਬਾ ਵਿਚਾਰੇ ਦਾ ਖੋਲਿਆ ਕਿ ਨਹੀਂ ਖੁੱਲਿਆ ਕਿ ਬੰਦ ਹੀ ਆ ਇਹ ਦੋ ਸਵਾਲ ਆ ਜੀ ਜਿਹੜੇ ਉਹਨਾਂ ਦੇ ਸਮਰਥਕ ਆ ਜੇ ਉਹ ਚਾਹੁਣ ਤਾਂ ਫੇਰ ਬਿਹਤਰ ਹੈ ਵੈਸੇ ਦੇਖੋ ਅਸੀਂ ਕੋਈ ਪਾਰਟੀਕੁਲਰ ਕਿਸੇ ਨੇਤਾ ਦੀ ਵਿਰੋਧ ਤਾਂ ਨਹੀਂ ਕਰ ਰਹੇ ਅਸੀਂ ਤੇ ਗੱਲ ਕਰਦੇ ਹਾਂ ਕਿ ਜਿਹੜਾ ਨੇਤਾ ਅਜਮਾਇਆ ਜਾ ਚੁੱਕਾ ਹੈ ਤੇ ਜਿਹਦੇ ਪ੍ਰਤੱਖ ਤੁਹਾਡੇ ਸਾਹਮਣੇ ਨਤੀਜੇ ਨੇ ਤਾਂ ਫਿਰ ਜੇ ਤੁਸੀਂ ਫਿਰ ਵੀ ਉਹਨੂੰ ਵਾਗਡੋਰ ਸੰਭਾਲ ਕੇ ਚਲਾਉਣਾ ਚਾਹੁੰਦੇ ਭਾਈ ਤਾਂ ਫਿਰ ਤਾਂ ਇਹ ਕਹਿ ਸਕਦੇ ਹਾਂ ਆਪਾਂ ਕਿ ਤੁਸੀਂ ਇੱਕ ਬਲਾਇੰਡ ਬੰਦੇ ਨੂੰ ਬੱਸ ਦਾ ਸਟੇਅਰਿੰਗ ਫੜਾ ਕੇ ਉਹਦੇ 'ਚ ਸਵਾਰੀ ਕਰਨੀ ਚਾਹੁੰਦੇ ਹੋ ਤਾਂ ਬੈਠੇ ਜਾਓ ਭਾਈ ਬੈਠੇ ਜਾਓ ਜਿੰਨਾ ਚਿਰ ਚੱਲਦੇ ਆ ਚਲਾਈ ਚਲੋ ਤਾਰਾ ਰੰਪਮ ਔਰ ਦੂਜੀ ਗੱਲ ਆ ਕਿ ਦੇਖੋ ਰਾਣਾ ਜੀ ਦਾ ਢਾਬਾ ਮੇਰੇ ਖਿਆਲ ਦੇ ਨਾਲ ਚੱਲਦਾ ਉਹ ਕਾਫੀ ਕੰਟਰੋਵਰਸੀ ਚੱਲੀ ਆ ਉਹਦੇ ਤੇ ਵੀ ਇਲਜ਼ਾਮ ਲੱਗੇ ਉਹਨੇ ਵੀ ਲਾਏ ਆ ਪਰ ਢਾਬਾ ਚੱਲਦਾ ਜੀ ਜਿਉਂ ਦਾ ਤਿਉਂ ਚੱਲਦਾ ਜੀ ਅਗਲੇ ਕਾਲਰ ਦੀਪਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ ਦੋ ਸਵਾਲ ਪੁੱਛਣੇ ਸੀ ਇੱਕ ਤਾਂ ਹੁਣ ਜਿਹੜੇ ਅਕਾਲੀ ਡਰਾਮਾ ਜਿਹਾ ਕਰੀ ਜਾਂਦੇ ਆ ਵੀ ਉਹ ਇਹਨਾਂ ਨੇ ਉਹ ਕੀਤਾ ਦਿੱਲੀ ਧਰਨਾ ਧਰਨਾ ਲਾਇਆ ਵੀ ਫੈਕਟ ਤਾਂ ਇਹ ਹੈਗਾ ਜਿਹੜਾ ਕੁਛ ਇਹਨਾਂ ਨੇ ਉਦੋਂ ਪਹਿਲਾਂ ਬੋਲਿਆ ਸੀ ਅੱਜ ਕੱਲ੍ਹ ਤਾਂ ਸਾਰਾ ਕੁਛ ਸੋਸ਼ਲ ਮੀਡੀਆ 'ਤੇ ਹੈਗਾ ਔਨ ਰੈਕਰਡ ਹੈਗਾ ਤੁਸੀਂ ਪਿੰਡਾਂ 'ਚ ਵਿਚਰਦੇ ਹੋ ਅਤੇ ਤੁਸੀਂ ਲੋਕਾਂ ਨਾਲ ਤੁਹਾਡਾ ਰਾਬਤਾ ਹੁੰਦਾ ਵੀ ਲੋਕਾਂ ਦੀ ਇਹਨਾਂ ਬਾਰੇ ਕੀ ਪਰਸੈਪਸ਼ਨ ਹੈਗੀ ਆ ਵੀ ਲੋਕਾਂ ਲੋਕ ਇਹ ਮੰਨ ਲੈਣਗੇ ਵੀ ਇਹਨਾਂ ਦਾ ਕੋਈ ਹਿੱਸਾ ਨਹੀਂ ਅਤੇ ਦੂਜਾ ਮੇਰਾ ਸਵਾਲ ਸੀਗਾ ਇੱਕ ਮੈਨੂੰ ਇਹ ਸੋਸ਼ਲ ਮੀਡੀਆ 'ਤੇ ਕਈਆਂ ਨੇ ਭੇਜੀ ਆ ਉਹ ਵੀਡੀਓ ਜੀ ਉਹ ਦਿਖਾਉਂਦੇ ਆ ਵੀ ਕਿਸਾਨ ਹੱਟ ਖੋਲੀਆਂ ਵੀ ਉੱਥੇ ਜਿੱਥੇ ਸਮਾਨ ਆ ਸਸਤਾ ਵੇਚਦੇ ਆ ਉਹ ਤੁਹਾਡੇ ਏਰੀਏ ਜਾਂ ਕਿਤੇ ਤੁਸੀਂ ਕੋਈ ਖੁੱਲੀ ਸੁਣੀ ਆ ਵੀ ਉਹ ਕਾਮਯਾਬ ਵੀ ਹੈਗੀਆਂ ਤੁਹਾਨੂੰ ਉਸ ਬਾਰੇ ਪਤਾ ਤਾਂ ਉਹਦੇ ਬਾਰੇ ਮਾੜਾ ਜਿਹਾ ਦੱਸਿਓ ਨਹੀਂ ਜੀ ਕਿਸਾਨ ਹੱਟ ਬਾਰੇ ਨਹੀਂ ਮੈਨੂੰ ਪਤਾ ਜਿੱਥੇ ਖੁੱਲੀਆਂ ਉੱਥੋਂ ਦਾ ਕੋਈ ਲੋਕਲ ਬੰਦਾ ਹੀ ਦੱਸ ਸਕਦਾ ਮਤਲਬ ਤੁਹਾਡੇ ਵਾਲੇ ਇਲਾਕੇ 'ਚ ਨਹੀਂ ਕੋਈ ਵੀ ਖੁੱਲੀ ਰਾਈਟ ਨਹੀਂ ਸਾਡੇ
ਸਾਡੀ ਤਾਂ ਮੈਨੂੰ ਲੱਗਦਾ 4-5 ਸ਼ਹਿਰਾਂ ਦੇ ਵਿੱਚ ਅਸੀਂ ਨਹੀਂ ਵੇਖੀ। ਤੇ ਦੂਜੀ ਗੱਲ ਇਹ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਪਰਸੈਪਸ਼ਨ ਕਿਸ ਤਰ੍ਹਾਂ ਦੀ ਬਣ ਰਹੀ ਆ, ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਏਡਾ ਰੱਦੀ ਰਾਜ ਦਿੱਤਾ ਹੈ ਨਾ, ਉਰੇ ਏਡਾ ਰੱਦੀ ਰਾਜ ਦਿੱਤਾ ਹੈ, ਤਾਂ ਪੇਂਡੂ ਬੰਦਾ ਜਿਹੜਾ ਦੇਖੋ ਜਿਹਦੀ ਕੋਈ ਵੱਡੀ ਆਕਾਂਖਿਆ ਨਹੀਂ ਹੁੰਦੀ, ਵੱਡੀ ਕੋਈ ਖੁਆਇਸ਼ ਨਹੀਂ ਹੁੰਦੀ, ਉਹਨੂੰ 2-4 ਚੀਜ਼ਾਂ ਚਾਹੀਦੀਆਂ ਹੈ, ਜਿੱਦਾਂ ਲਾ ਲਓ ਕਿ ਬਿਜਲੀ ਸਸਤੀ ਹੋ ਜਾਵੇ ਜਾਂ ਬਿਜਲੀ ਫਰੀ ਕੁੰਡੀ ਲੱਗ ਜਾਵੇ। ਮੈਂ ਤਾਂ ਪੰਜਾਬੀ 'ਚ ਗੱਲਾਂ ਕਰਦਾ ਹੁੰਦਾ ਕਿ ਬਿਜਲੀ ਚੋਰੀ ਦੀ ਖੁੱਲ ਹੋ ਜਾਵੇ, ਘੜਾ ਕੱਢਣ ਦੀ ਖੁੱਲ ਹੋ ਜਾਵੇ, ਕਿਲੋ ਭੁੱਖੀ ਲਿਆਉਣ ਦੀ ਖੁੱਲ ਹੋ ਜਾਵੇ, ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਇਹ। ਸੋ ਕਹਿਣ ਦਾ ਮਤਲਬ ਇਹ ਹੈ ਕਿ ਦੁਖੀ ਇੰਨਾ ਜ਼ਿਆਦਾ ਕਰ ਦਿੱਤਾ, ਤਾਂ ਕਿਤੇ ਨਾ ਕਿਤੇ ਦੇਖੋ ਮੰਨਣਾ ਪਏਗਾ ਕਿ ਇੱਕ ਐਸਾ ਨਿਰਾਸ਼ ਵੋਟਰ ਜਿਹਨੂੰ ਇਹ ਲੱਗਦਾ ਸੀਗਾ ਕਿ ਅਕਾਲੀ ਭਾਜਪਾ ਨਹੀਂ ਯਾਰ ਇਹਨਾਂ ਨੂੰ ਰਿਪਲੇਸ ਕਰਨਾ ਜ਼ਰੂਰੀ ਹੈ, ਉਹਨਾਂ 'ਚੋਂ ਕੁਛ ਹਿੱਸਾ ਤਾਂ ਐਸਾ ਹੈ ਜਿਹੜਾ ਮੰਨਦਾ ਕਿ ਯਾਰ ਇਹਨਾਂ ਦੇ ਨਾਲ ਤਾਂ ਉਹ ਚੰਗੀ ਸੀ। ਮਤਲਬ ਕਿ ਇਹ ਅਮਰਿੰਦਰ ਸਿੰਘ ਦੀ ਫੇਲੀਅਰ ਹੈ, ਉਹਨਾਂ ਨੇ ਕੋਈ, ਉਹ ਤਾਂ ਵਿਰੋਧੀ ਧਿਰ 'ਚ ਨੇ, ਉਹਨਾਂ ਨੇ ਕੋਈ ਐਸਾ ਕੋਈ ਮੰਤਰ ਨਹੀਂ ਮਾਰਿਆ, ਜੇ ਥੋੜ੍ਹਾ ਬਹੁਤਾ ਇਹ ਹੁਣ ਥੋੜ੍ਹਾ ਵੀ ਕਹਿ ਰਿਹਾ ਬਹੁਤਾ ਵੀ ਕਹਿ ਰਿਹਾ, ਉਹ ਜੇ ਅਸਰ ਹੋਊਗਾ ਉਹਨਾਂ ਦਾ ਵੋਟ ਸ਼ੇਅਰ ਜੇ ਵਧੂਗਾ ਤਾਂ ਉਹਦੇ 'ਚ ਸਿੱਧੇ ਤੌਰ 'ਤੇ ਅਮਰਿੰਦਰ ਸਿੰਘ ਦਾ ਹੱਥ ਹੋਊਗਾ, ਨਾ ਕਿ ਉਹਨਾਂ ਦਾ ਆਪਣਾ। ਜੀ ਅਗਲੇ ਕਾਲਰ ਅਮਰਜੀਤ। ਹਾਂਜੀ ਮਿੰਟੂ ਭਾਜੀ ਤੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਹਾਂਜੀ ਮਿੰਟੂ ਭਾਜੀ ਮੇਰਾ ਇੱਕ ਕੁਐਸਚਨ ਸੀਗਾ ਆਪਣੇ ਕਾਲੋਂ ਸਾਹਿਬ ਜਿਹੜੇ ਸਾਡੇ ਜਲੰਧਰ ਤੋਂ ਨੇ, ਇਹ ਹੁਣੇ ਅਸੀਂ ਤਾਂ ਇੰਨਾ ਚਿਰ ਹੁਣ 20 ਸਾਲ ਹੋ ਗਏ ਇੱਥੇ ਆਏ ਨੂੰ, ਪਹਿਲਾਂ ਤਾਂ ਇਹਨਾਂ ਦਾ ਨਾਂ ਨੂੰ ਨਹੀਂ ਸੀ ਸੁਣਿਆ, ਇੱਡੀ ਭੱਦੀ ਸ਼ਬਦਾਵਲੀ ਇਹਨਾਂ ਨੇ ਵਰਤੀ ਹੈ ਕਿਸਾਨਾਂ ਪ੍ਰਤੀ, ਤੇ ਸਿੱਧਾ ਇਹਨਾਂ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਵੀ ਕੱਪਾਂ ਨੂੰ ਲੈ ਕੇ ਆਵੇ ਜਿਹਨੇ ਮੇਰੇ ਘਰੇ ਆਉਣਾ। ਇਹਨਾਂ ਤੇ ਪਰਚਾ ਨਹੀਂ ਬਣਦਾ ਵੀ ਸਿੱਧੀ ਕਿਸੇ ਨੂੰ ਮਾਰਨ ਦੀ ਧਮਕੀ ਦੇਣੀ ਆ। ਬਾਕੀ ਮੈਂ ਸੁਣਿਆ ਵੀ ਪੰਨੂ ਸਾਹਿਬ ਤੋਂ ਰਾਤੀ ਸੁਣਦੇ ਸੀ ਵੀ ਵਕੀਲ ਵੀ ਰਹੇ ਆ ਤੇ ਬਾਹਰ ਐਸੋਸੀਏਸ਼ਨ ਵੀ ਨੀ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਰਦੀ, ਨਾ ਸਿੱਧੂ ਸਾਹਿਬ ਕੋਈ ਕਾਰਵਾਈ, ਇਹਨਾਂ ਦੇ ਕੋਈ ਬਿਆਨ ਨੀ ਕਿਸੇ ਨੇ ਦਿੱਤਾ। ਕਿਸਾਨ ਬੇਚਾਰੇ ਆਪਣੇ ਦਿੱਲੀ ਵੀ ਬੈਠੇ, ਇੱਥੇ ਵੀ ਹੁਣ ਇਹਦੇ ਘਰ ਵੀ ਜਾ ਕੇ ਬੈਠੇ ਆ, ਤੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਸਿੱਖ ਕਹਾਉਣ ਦਾ ਗਰੇਵਾਲ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਹੈ, ਇਹਦੇ ਬਾਰੇ ਦੱਸਿਓ ਜਰਾ ਵਿਚਾਰ। ਧੰਨਵਾਦ। ਅੱਛਾ ਚਲੋ, ਸਿੱਖ ਕੋਈ ਆਪਣੇ ਆਪ 'ਚ ਕੁਹਾਈ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ, ਕਿਸੇ ਨੂੰ ਕੋਈ ਫਰਕ ਨਹੀਂ ਹੈ ਜੇ ਕੋਈ ਆਪਣੇ ਆਪ 'ਚ ਕੁਹਾਈ ਜਾਵੇ, ਪਰ ਸਿੱਖ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਜੀਵਨ ਕਿਸ ਤਰ੍ਹਾਂ ਦਾ ਹੁੰਦਾ। ਉਹ ਨਹੀਂ ਕਹੇਗਾ ਕਿਸੇ ਨੂੰ ਕਿ ਮਿਹਨਤ ਕਸ਼ ਕੌਮ ਨੂੰ ਵੀ ਕੁੱਟ ਕੇ ਮੈਂ ਮਾਰ ਕੇ ਅੰਦਰ ਸੁੱਟ ਦੂੰਗਾ ਵਗੈਰਾ ਵਗੈਰਾ ਗੱਲਾਂ ਨਹੀਂ ਕਰੇਗਾ, ਇਹ ਤੇ ਜ਼ਹਿਲਾਂ ਵਾਲੀਆਂ ਗੱਲਾਂ ਹੁੰਦੀਆਂ ਨੇ। ਖੈਰ ਗੱਲ ਜਿਹੜੀ ਆ ਕਿ ਬਿਲਕੁਲ ਉਹਦਾ ਪਿਛੋਕੜ ਇੱਕ ਦਿਨ ਆਪਾਂ ਪੂਰਾ ਫੋਲਿਆ ਸੀਗਾ, ਆਪਾਂ ਵੀ ਦੱਸਿਆ ਸੀਗਾ ਜਿੰਨੇ ਜੋਗੇ ਹੈਗੇ ਆ, ਆਪਾਂ ਤਾਂ ਫੈਡਰੇਸ਼ਨ ਤੋਂ ਲੈ ਕੇ ਦੱਸਿਆ ਸੀਗਾ ਕਿ ਕਿੱਦਾਂ ਕਨਵੀਨਰ ਬਣਿਆ ਸੀਗਾ, ਉਸ ਤੋਂ ਬਾਅਦ ਫਿਰ ਇਹਨੇ ਉਹ ਮਾਸਟਰੀ ਵਾਲੀ ਜਿਹੜੀ ਨੌਕਰੀ ਸੀਗੀ ਉਹ ਰੀਜੁਆਇਨ ਕੀਤੀ ਪਹਿਲਾਂ, ਫਿਰ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਕੁਛ ਸਮਾਂ ਵਕਾਲਤ ਦੇ ਵਿੱਚ ਬਿਤਾਇਆ, ਤੇ ਉਸ ਉਪਰੰਤ ਫਿਰ ਇਹ ਜੇ ਆਪਾਂ ਦੇਖੀਏ ਉਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸੇਖਵਾ ਸਾਹਿਬ ਦੇ PA ਵੀ ਰਹੇ ਨੇ, ਸੇਖਵਾ ਸਾਹਿਬ ਉਹੀ ਟਕਸਾਲੀ ਉਹਨਾਂ ਦੇ ਨਾਲ ਵੀ ਰਹੇ ਨੇ ਆਮ ਆਦਮੀ ਪਾਰਟੀ ਵਾਲੇ। ਹਾਂਜੀ ਹਾਂਜੀ ਹੁਣ ਆਮ ਆਦਮੀ ਪਾਰਟੀ ਵਾਲੇ, ਕਦੇ ਅਕਾਲੀ ਪਾਰਟੀ ਵਾਲੇ ਸੀ ਫਿਰ ਟਕਸਾਲੀ ਪਾਰਟੀ ਵਾਲੇ ਸੀ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਚਲੋ ਪਿਛੋਕੜ ਉਹਨਾਂ ਦਾ ਤਾਂ ਇਸ ਤਰ੍ਹਾਂ ਦਾ, ਉਹਨਾਂ ਨੂੰ ਸਾਬਕਾ ਖਾਲਿਸਤਾਨੀ ਵੀ ਤੁਸੀਂ ਕਹਿ ਸਕਦੇ ਹੋ, ਪਿਛੋਕੜ ਜੇ ਆਪਾਂ ਦੇਖਣਾ ਹੋਵੇ ਤਾਂ ਉਹ ਸਾਰੇ ਪੇਸ਼ਿਆਂ ਤੋਂ ਹੋ ਕੇ ਆਏ ਆ ਵਕਾਲਤ 'ਚ। ਹੁਣ ਮੈਨੂੰ ਨਹੀਂ ਲੱਗਦਾ ਕਿ ਸਰਗਰਮ ਹੋਣਗੇ, ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇੰਨੀ ਉਮਰ ਤੇ ਇੰਨਾ ਕੁਛ ਵੇਖ ਕੇ ਕਿਹੜੀ ਕਿਹੜੀ ਮੂਵਮੈਂਟ ਦਾ ਹਿੱਸਾ ਰਹੇ ਆ, ਇਹੋ ਜਿਹੀ ਜਾਲਾ ਵਾਲੀ ਗੱਲ ਬੰਦਾ ਬੋਲੀ ਬੋਲੇ ਤੇ ਬੜੀ ਮੇਰੇ ਖਿਆਲ ਦੇ ਨਾਲ ਨਖੇਧੀ ਜਾਣ ਕਿ ਕੇਸ ਤੇ ਕੀ ਬਣਨਾ ਹੈ, ਕਿਉਂਕਿ ਉਹਨਾਂ ਨੂੰ ਉਸ ਸਿਆਸੀ ਧਿਰ ਨੇ ਖੜਿਆ ਵਾ ਜਿਹੜੀ ਇਸ ਟਾਈਮ ਕਹਿ ਲਓ ਕਿ ਕੇਂਦਰ ਤੇ ਕਾਬਜ਼ ਆ, ਕੇਂਦਰ ਸਰਕਾਰ ਆ ਜਿਹੜੀ, ਉਹ ਤਾਂ ਉਹਨਾਂ ਨੂੰ ਲੈ ਕੇ ਗਈ ਆ, ਕੇਸ ਤੇ ਕੀ ਹੋਣਾ ਆ। ਪਰ ਮੇਰੇ ਖਿਆਲ ਦੇ ਨਾਲ ਕੇਸ ਤੋਂ ਵੀ ਵੱਧ ਦੇਖੋ ਇਹ ਹੋ ਜਾਂਦਾ ਕਿ ਜਦੋਂ ਤੁਹਾਡੇ ਘਰ ਤੇ ਆ ਕੇ ਕੋਈ ਗੋਹਾ ਫੋਸ ਸੁੱਟੇ, ਇਹ ਤੋਂ ਵੱਡੀ ਕੀ ਬੇਇੱਜ਼ਤੀ ਹੋਏਗੀ ਮੈਨੂੰ ਦੱਸੋ। ਮੈਨੂੰ ਤੇ ਸਭ ਤੋਂ ਵੱਡਾ ਕੇਸ ਲੱਗਦਾ ਕਿ ਗੋਹਾ ਸੁੱਟ ਗਿਆ ਤੁਹਾਡੇ ਉੱਤੇ, ਕੋਈ ਗੋਹਾ ਸੁੱਟ ਜਾਵੇ ਤੇ ਹੁਣ ਆਪਾਂ ਤੇ ਇਹ ਵੀ ਨਹੀਂ ਕਹਾਂਗੇ ਕਿ ਕੋਈ ਇਹ ਬਜ਼ੁਰਗ ਨੇ, ਚਲੋ ਇਹ ਸਤਿਕਾਰ ਕਿਸੇ ਦਾ ਕਰਦੇ ਆ ਨਹੀਂ ਕਰਦੇ ਇਹਨਾਂ ਤੇ ਆ ਕਿ ਕੱਲ ਨੂੰ ਕੋਈ ਇਹਨਾਂ ਦੇ ਮੂੰਹ ਤੇ ਨਾ ਸੁੱਟ ਦੇਵੇ, ਇਹ ਡਰ ਆ। ਇਹ ਜਦੋਂ ਤੁਸੀਂ ਕਿਸੇ ਨੂੰ ਉਕਸਾਉਂਦੇ ਹੋ ਵਿਗਾੜਦੇ, ਪਰ ਹਾਲਾਂਕਿ ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ, ਮੈਂ ਤਾਂ ਕਹਿੰਦਾ ਕਿਉਂ ਗੋਹਾ ਫੂਸ ਵੀ ਕਾਹਤੋਂ ਸੁੱਟਣਾ, ਫਿਰ ਇਹ ਬਾਈਕਾਟ ਵੀ ਕਾਹਤੋਂ ਕਰਨੇ, ਚਲੋ ਠੀਕ ਆ ਇਹਨਾਂ ਦਾ ਹੱਕ ਆ, ਪਰ ਇਹ ਬੋਲਣ ਦਾ ਕੀ ਕਹਿ ਰਹੇ ਆ ਕਿ ਦੇਖੋ ਸਾਨੂੰ ਫੰਡਾਮੈਂਟਲ ਰਾਈਟ ਆ ਬੋਲਣ ਦਾ। ਪਰ ਮੈਂ ਇਹ ਕਹਿੰਦਾ ਕਿ ਫੰਡਾਮੈਂਟਲ ਰਾਈਟ ਤੁਹਾਡਾ ਠੀਕ ਆ ਬੇਸ਼ੱਕ ਹੈ,
ਪਰ ਫੰਡਾਮੈਂਟਲ ਰਾਈਟ ਦੇ ਨਾਲ ਤੁਹਾਡੇ ਇੱਕ ਨਾਗਰਿਕ ਦੇ ਤੌਰ ਤੇ ਕਰਤੱਵ ਵੀ ਆ। ਉਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਤੁਸੀਂ ਹਿੰਸਾ ਨਹੀਂ ਕਰੋਗੇ, ਹਿੰਸਾ ਲਈ ਕਿਸੇ ਨੂੰ ਪ੍ਰੇਰੋਗੇ ਵੀ ਨਹੀਂ। ਤੇ ਤੁਸੀਂ ਤੇ ਖੁਦ ਹਿੰਸਾ ਕਰਨ ਦੀ ਗੱਲ ਕਰ ਰਹੇ ਹੋ ਨਾ। ਤੁਸੀਂ ਤੇ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੌਲਿਕ ਕਰਤੱਵ ਆ ਕਿ ਸੰਵਿਧਾਨ ਦੇ ਮੁਤਾਬਕ ਚੱਲਾਂਗਾ, ਤੁਹਾਨੂੰ ਤਾਂ ਹੀ ਰਾਈਟ ਦਿੰਦਾ ਨਾ ਕੋਈ ਵੀ। US ਨੇ ਤੁਹਾਨੂੰ ਰਾਈਟ ਦਿੱਤੇ ਆ ਤਾਂ ਜ਼ਿੰਮੇਵਾਰੀਆਂ ਦੇ ਕੇ ਦਿੱਤੇ ਆ ਨਾ। ਇੱਦਾਂ ਹੀ ਇੰਡੀਆ ਦੇ ਜੇ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਕਰਤੱਵ ਵੀ ਦਿੱਤੇ ਆ, ਤਾਂ ਕਰਤੱਵ ਤੋਂ ਤੁਸੀਂ ਭਗੌੜੇ ਹੋ। ਤਾਂ ਗੱਲ ਇਹ ਆ ਕਿ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰੀ ਜਾਈਏ ਬਹੁਤ ਨਖੇਧੀ ਜਨਕ ਗੱਲ ਆ, ਪਰ ਹਾਲੇ ਵੀ ਉਹੀ ਹੰਕਾਰੀ ਬੁੱਢੇ ਵਾਲੀ ਗੱਲ ਕਿ ਹਾਲੇ ਵੀ ਨੀ ਮੰਨਦਾ, ਅਫਸੋਸ ਜੀ ਗੱਲ ਗੋਲ ਜੀ ਗੱਲ ਕਰਕੇ ਕਿ ਨਹੀਂ, ਪਰ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਆ, ਆਪਣੀ ਜਾਨ ਛਡਾਉਣੀ ਚਾਹੀਦੀ ਆ। ਮੈਂ ਤੇ ਬਿਲਕੁਲ। ਅਗਲੇ ਕਾਲਰ ਅਵਤਾਰ ਸਿੰਘ। ਹਾਂਜੀ ਭਾਜੀ, ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਾਹਿਬ ਮੇਰਾ ਸਵਾਲ ਸੀਗਾ ਕਿ ਹੁਣ ਆਪਣੇ ਇਲੈਕਸ਼ਨ ਦਾ ਸੀਜ਼ਨ ਆ ਗਿਆ ਤੇ ਸਾਰੀਆਂ ਪਾਰਟੀਆਂ ਇਹੀ ਰੱਟ ਲਾਉਂਦੀਆਂ ਸਾਡਾ ਸੀਐਮ ਕਿਹੜਾ ਸਿੱਖ ਹੋਊਗਾ, ਸਿੱਖ ਸੀਐਮ ਕਿਹੜਾ ਹੋਊਗਾ। ਆਪਣੇ ਜਿਹੜੇ ਵੋਟਰ ਆ ਇਹ ਨੀ ਸਵਾਲ ਕਰ ਸਕਦੇ ਤੇਰੇ ਅੱਗੇ ਸਾਡੇ ਇੰਨੇ ਚਿਰਾਂ ਦੇ, ਸਾਨੂੰ ਕੋਈ ਵਧੀਆ ਇਮਾਨਦਾਰ ਬੰਦਾ ਚਾਹੀਦਾ ਜੋ ਪੰਜਾਬ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਸਕੇ, ਬਚਾ ਸਕੇ। ਆਈ ਡੋਂਟ ਕੇਅਰ ਭਾਵੇਂ ਕੋਈ ਸਿੱਖ ਚਿਹਰਾ ਹੋਵੇ, ਭਾਵੇਂ ਕੋਈ ਹਿੰਦੂ ਹੋਵੇ, ਕੋਈ ਵੀ ਹੋਵੇ, ਸਾਨੂੰ ਚਿਹਰਾ ਚੰਗਾ ਚਾਹੀਦਾ। ਵੋਟਰ ਆਪਣੇ ਡਿਮਾਂਡ ਕਰ ਸਕਦੇ ਆ, ਅਸੀਂ ਸਿੱਖ ਚਿਹਰੇ ਤੋਂ ਕੀ ਲੈਣਾ। ਇਹਨਾਂ ਦੀ ਸਵਾਲ ਸੀਗਾ ਜੀ। ਨਹੀਂ ਨਹੀਂ ਬਿਲਕੁਲ ਵਾਜਬ ਗੱਲ ਹੈ, ਆਪਾਂ ਸ਼ਾਇਦ ਅੱਗੇ ਵੀ ਗੱਲ ਕੀਤੀ ਔਰ ਮੈਂ ਵੀ ਤੁਹਾਡੇ ਵਾਲੀ ਸੋਚ ਰੱਖਦਾ ਕਿ ਦੇਖੋ ਇੱਥੇ ਇੰਨਾ ਚਿਰ ਜੱਟ ਬਣ ਗਏ ਤੇ ਜੱਟਾਂ ਦਾ ਕੀ ਸਵਾਰ ਦਿੱਤਾ, ਤੇ ਇਹੀ ਆਪਣੇ ਆਪ ਨੂੰ ਸਿੱਖ ਵੀ ਘੁਆਉਂਦੇ ਆ, ਇਹੀ ਆਪਣੇ ਆਪ ਨੂੰ ਸਿੱਖ ਵੀ ਘੁਆਉਂਦੇ, ਇਹੀ ਆਪਣੇ ਆਪ ਨੂੰ ਜੱਟਵਾਦ ਦਾ ਕਹਿ ਲਓ ਕਿ ਮਦਈ ਵੀ ਮੰਨਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜੱਟ ਮਹਾਂਸਭਾ ਬਣਾ ਰੱਖੀ ਸੀਗੀ, ਤੁਹਾਨੂੰ ਯਾਦ ਹੋਣਾ, ਬਿਲਕੁਲ, ਆਪਣੀ ਹੀ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ। ਇਹਨਾਂ ਨੇ ਨਾ ਜੱਟਾਂ ਦਾ ਸਵਾਰਿਆ ਤੇ ਨਾ ਇਹਨਾਂ ਤੋਂ ਕੌਮ ਦਾ ਸਵਾਰਿਆ ਗਿਆ। ਬਿਲਕੁਲ ਮੈਂ ਤੁਹਾਡੀ ਸੋਚ ਨਾਲ 100% ਮੁਤਫਿਕ ਆ ਕਿ ਭਾਵੇਂ ਕੋਈ ਇੱਥੇ ਕੋਈ ਅਹਿਮਦ ਆ ਜਾਵੇ, ਭਾਵੇਂ ਕੋਈ ਇੱਥੇ ਕੁਮਾਰ ਆ ਜਾਵੇ, ਭਾਵੇਂ ਕੋਈ ਸਿੰਘ ਆ ਜਾਵੇ ਤੇ ਭਾਵੇਂ ਕੋਈ ਮਸੀਹ ਆ ਜਾਵੇ, ਕੋਈ ਫਰਕ ਨਹੀਂ। ਬਸ ਉਹ ਬੰਦਾ ਵਿਜ਼ਨਰੀ ਹੋਣਾ ਚਾਹੀਦਾ, ਡੈਡੀਕੇਟਡ ਹੋਣਾ ਚਾਹੀਦਾ, ਪੰਜਾਬ ਲਈ ਗੱਲ ਕਰਨ ਵਾਸਤੇ ਜ਼ਰੂਰਤਮੰਦ ਹੋਣਾ ਚਾਹੀਦਾ ਤੇ ਫੈਸਲੇ ਲੈਣ ਵਾਸਤੇ ਨਿਡਰ ਹੋਣਾ ਚਾਹੀਦਾ। ਇਹ 4-5 ਗੁਣ ਜਿਸ ਬੰਦੇ ਚ ਹੋਣਗੇ ਸਾਡੇ ਲਈ, ਉਹ ਕਹਿ ਲਓ ਕਿ ਮੈਂ ਕਹੂੰਗਾ ਮੇਰੇ ਲਈ ਤਾਂ ਘੱਟੋ ਘੱਟ ਪੂਜਣ ਯੋਗ ਹੀ ਮੁੱਖ ਮੰਤਰੀ ਹੋਊਗਾ, ਜਿਹਦੇ ਵਿੱਚ 4-5 ਗੁਣ ਹੋਣਗੇ ਤੇ ਸਾਰੇ ਗੁਣਾਂ ਨੂੰ ਇੱਥੇ ਖੋਲ ਕੇ ਲਾਗੂ ਕਰੇਗਾ। ਸਫਲਤਾ ਬਾਅਦ ਦੀ ਗੱਲ ਆ ਜੀ, ਇਹ ਸਫਲਤਾ ਤੇ ਆਪਣੇ ਆਪ ਆਊਗੀ ਜਦੋਂ ਪੰਜਾਬ ਸਵਾਰਿਆ ਜਾਊਗਾ, ਪੰਜਾਬ ਸੁਧਰੂਗਾ ਤਾਂ ਸਫਲਤਾ ਹੋਣੀ ਹੀ ਹੋਣੀ ਆ। ਗਗਨਦੀਪ ਸਤਿ ਸ੍ਰੀ ਅਕਾਲ। ਹਾਂਜੀ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਮੇਰੇ ਤੇ ਛੋਟੇ ਛੋਟੇ ਦੋ ਕੁਐਸਚਨ ਆ ਜੀ। ਪਹਿਲਾਂ ਇਹ ਭਾਜੀ ਵੀ ਆਪਾਂ ਸੁਣਦੇ ਰਹਿੰਦੇ ਹਾਂ ਨਾ ਵੀ ਹਰ ਸਰਕਾਰ ਕਹਿੰਦੀ ਅਸੀਂ ਇੰਨੀਆਂ ਯੂਨੀਵਰਸਿਟੀਆਂ ਖੋਲਤੀਆਂ, ਇੰਨੇ ਸਕੂਲ ਖੋਲਤੇ, ਏਦਾਂ ਅਸੀਂ ਕਰਤਾ, ਪਰ ਮੈਨੂੰ ਇਹ ਨੀ ਸਮਝ ਆਉਂਦੀ ਵੀ ਆਪਾਂ ਉਹੀ ਪੈਸਾ ਜਿਹੜੇ ਪੁਰਾਣੇ ਸਕੂਲ ਜਾਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਜੇ ਆਪਾਂ ਉਹਨਾਂ ਤੇ ਹੀ ਲਾਈਏ ਵੀ ਨਵੇਂ ਖੋਲ ਖੋਲ ਕੇ ਤੇ ਪੁਰਾਣੇ ਆਪਾਂ ਬੰਦ ਕਰੀ ਜਾਣੇ, ਉਹਦਾ ਕੋਈ ਤੁੱਕ ਵਾਲੀ ਗੱਲ ਤਾਂ ਹੈ ਨੀ ਭਾਜੀ, ਹਨਾ। ਤੇ ਦੂਜੀ ਭਾਈ ਛੋਟੀ ਗੱਲ ਇਹ ਸੀ ਵੀ ਕੇਜਰੀਵਾਲ ਸਾਹਿਬ ਕਹਿੰਦੇ ਫਿਰ ਕਨਵੀਨਰ ਬਣ ਗਏ, ਫਿਰ ਕੇਜਰੀਵਾਲ ਸਾਹਿਬ ਚ ਤੇ ਦੂਜਿਆਂ ਚ ਕੀ ਫਰਕ ਹੋਇਆ ਵੀ ਉਹ ਵੀ ਫਿਰ ਕਹਿੰਦੇ ਵੀ ਪਾਰਟੀ ਦਾ ਮੈਂ ਹੀ ਪ੍ਰਮੁੱਖ ਰਹਿਣਾ ਵਾ, ਹੁਣ ਤੇ ਮੈਂ ਸੁਣਿਆ ਕਹਿੰਦੇ ਸ਼ਾਇਦ 10 ਸਾਲਾਂ ਲਈ ਬਣ ਗਏ ਕਨਵੀਨਰ। ਹਾਂਜੀ ਭਾਜੀ ਥੈਂਕ ਯੂ ਜੀ, ਧੰਨਵਾਦ। ਨਹੀਂ 4 ਸਾਲ ਵਾਸਤੇ ਮੇਰੇ ਖਿਆਲ ਦੇ ਨਾਲ, ਜਾਂ 5 ਸਾਲ ਵਾਸਤੇ, ਕਿਉਂਕਿ ਪਹਿਲਾਂ 2 ਟਰਮਾਂ ਸੀ 2-2 ਸਾਲ ਵਾਲੀਆਂ, ਉਹ ਇਹਨਾਂ ਨੇ ਅਮੈਂਡਮੈਂਟ ਕਰਕੇ ਮੇਰੇ ਖਿਆਲ ਦੇ ਨਾਲ ਗਾਂ ਵਧਾ ਲਈਆਂ ਚੇਂਜ। ਚਲੋ ਜੋ ਵੀ ਆ, ਪਰ ਤੁਸੀਂ ਸੰਵਿਧਾਨ ਆਪਦੀ ਪਾਰਟੀ ਦਾ ਜਦੋਂ ਬਦਲ ਲਿਆ ਤੇ ਤੁਸੀਂ ਫਿਰ ਦੂਜੇ ਨੂੰ ਕਿਸ ਮੂੰਹ ਨਾਲ ਕਹਿੰਦੇ ਹੋ ਕਿ ਯਾਰ ਉਹਦੇ ਦੀ ਲਾਲਸਾ ਨਾ ਰੱਖੋ। ਕਨਵੀਨਰ ਵੀ ਤੁਸੀਂ ਉਹ ਬਣ ਗਏ ਤੇ ਮੁੱਖ ਮੰਤਰੀ ਵੀ ਤੁਸੀਂ ਬਣ ਗਏ, ਤੇ ਹੁਣ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਟਿਕਟਾਂ ਵੀ 2 ਵਾਲਾ ਕੰਮ ਚੱਲੂਗਾ, ਤੇ ਜਿਹੜੀ ਸਾਡੀ ਭੈਣ ਹੈ ਉਹ ਇਹਦੇ ਘਰੋਂ ਕੇਜਰੀਵਾਲ ਜਿੱਦੀ ਕੇਜਰੀਵਾਲ ਹੋ ਸਕਦਾ ਉਹ ਵੀ ਇਲੈਕਸ਼ਨ ਲੜ ਲਵੇ, ਸਾਰਾ ਕੁਛ ਹੋ ਸਕਦਾ, ਫਿਰ ਤੇ ਸੰਭਵ ਹੀ ਹੈ ਨਾ, ਫਿਰ ਤੇ ਸਭ ਕੁਛ ਸੰਭਵ ਹੈ। ਕੀ ਵੱਖਰਾ ਹੈ, ਇੱਥੇ ਆਏ ਤੇ ਸਿੱਖ, ਉੱਥੇ ਉੱਤਰਾਖੰਡ 'ਚ ਗਏ ਤਾਂ ਹਿੰਦੂ, ਕੀ ਕੀ ਰਾਜਨੀਤੀ ਦਾ ਵੱਖਰਾ ਰੰਗ ਹੈ? ਆਹੀ ਕੁਛ ਕਾਂਗਰਸ ਨੇ ਕੀਤਾ, ਆਹੀ ਕੁਛ ਭਾਜਪਾ ਨੇ ਕੀਤਾ ਲੁਕਵੇਂ ਰੂਪ ਦੇ ਵਿੱਚ, ਆਹੀ ਕੁਛ ਓਬੀਸੀ ਕਰ ਰਿਹਾ। ਤੁਸੀਂ ਕੋਈ ਵੀ ਘੱਟ ਨਹੀਂ ਹੋ ਵੋਟਾਂ ਵਾਸਤੇ, ਕਿਸੇ ਵੀ ਹੱਦ ਤੀਕ ਜਾ ਸਕਦੇ ਹੋ। ਬਾਕੀ ਜਿਹੜੀ ਗੱਲ ਤੁਸੀਂ ਯੂਨੀਵਰਸਿਟੀਆਂ ਦੀ ਕਹੀ ਹੈ ਨਾ, ਦੇਖੋ ਇਹ ਚੀਜ਼ਾਂ ਹੁਣ ਨਾ ਤੁਸੀਂ 2 ਕੁ ਸਾਲ ਹੋਰ ਰੱਖੋ ਪੈਂਡਿੰਗ ਆ,
ਕਿਉਂ? ਕਿਉਂਕਿ 2024 ਤੋਂ ਬਾਅਦ ਜੇ ਨਰਿੰਦਰ ਮੋਦੀ ਸਰਕਾਰ ਹੈਟ੍ਰਿਕ ਮਾਰਦੀ ਆ ਦੈਨ ਪਤਾ ਲੱਗੇਗਾ ਕਿ ਇੰਡੀਆ ਦੀ ਐਜੂਕੇਸ਼ਨ ਕਿੱਥੇ ਜਾਂਦੀ ਆ। ਕਿਉਂਕਿ ਜਿਹੜੀ ਨਵੀਂ ਸਿੱਖਿਆ ਨੀਤੀ ਇਹਨਾਂ ਨੇ ਲਿਆਂਦੀ ਆ, ਮੇਰੇ ਮੁਤਾਬਕ ਹਾਲੇ 2-4 ਸਾਲ ਲਾਗੂ ਨਹੀਂ ਹੋਣੀ ਪੂਰਨ ਤੌਰ 'ਤੇ ਜਿਹਨੂੰ ਆਪਾਂ ਕਹਿ ਦਈਏ। ਬਹੁਤ ਇਹ ਜਿਹੜੇ ਆਪਣੇ ਸਿੱਖਿਆ ਸ਼ਾਸਤਰੀ, ਕੋਈ ਸ਼ਾਇਦ ਹੋ ਸਕਦਾ ਆਪਣੇ 'ਚ ਕੋਈ ਲਿਸਨਰ ਹੋਵੇ ਉਹਨੂੰ ਪਤਾ ਹੋਏਗਾ, ਜਾਂ ਆਪਣੇ ਕੋਈ ਟੀਚਿੰਗ ਲਾਈਨ ਦਾ ਇੱਧਰੋਂ ਗਿਆ ਹੋਏਗਾ ਨਾ, ਉਹ ਤੁਹਾਨੂੰ ਈਜ਼ੀਲੀ ਦੱਸ ਦੇਗਾ ਕਿ ਇਹ ਲੰਮਾ ਚੌੜਾ ਪ੍ਰੋਸੈਸ ਹੁੰਦਾ ਹੈ, ਬਹੁਤ ਲੰਮਾ ਚੌੜਾ ਪ੍ਰੋਸੈਸ ਹੁੰਦਾ। ਤਾਂ ਇਸ ਕਰਕੇ ਜੇ ਤਾਂ ਇਹ ਰਿਪੀਟ ਹੋ ਗਏ ਫਿਰ ਤਾਂ ਮੇਰੇ ਖਿਆਲ ਦੇ ਨਾਲ ਮੈਂ ਜੋ ਕਹਿ ਰਿਹਾ ਕਿ ਸਿੱਖਿਆ ਦੀ ਬਿਲਕੁਲ ਇਹੀ ਤਹੀ ਫਿਰੇਗੀ ਫਿਰੇਗੀ। ਕਿਉਂ? ਕਿਉਂ ਉਹਦੇ 'ਚ ਠੀਕ ਆ, ਸਿੱਖਿਆ ਦਾ ਸਟੈਂਡਰਡ ਸੁਧਰ ਜਾ ਸਕਦਾ ਕੁਛ ਪੈਮਾਨਿਆਂ 'ਤੇ, ਪਰੰਤੂ ਹੋਏਗਾ ਕਿ ਇਹੀ ਤਹੀ ਮੈਂ ਕੀ ਕਰ ਰਿਹਾ ਕਿ ਜਿਹੜੀ ਆ ਸਰਕਾਰੀ ਯੂਨੀਵਰਸਿਟੀਆਂ ਵਾਲੀ ਜਾਂ ਸਸਤੇ ਕਾਲਜਾਂ ਵਾਲੀ ਐਜੂਕੇਸ਼ਨ ਹੈ ਜਿਹੜੀ, ਮੇਰੇ ਖਿਆਲ ਦੇ ਨਾਲ ਇਹ ਹੌਲੀ ਹੌਲੀ ਖਤਮ ਹੋ ਜਾਏਗੀ। ਕਾਰਪੋਰੇਟ ਘਰਾਣੇ ਹੀ ਐਜੂਕੇਸ਼ਨ, ਜਿਵੇਂ ਤੁਹਾਡੇ ਇੱਥੇ ਆ, ਮੈਂ US ਦੀ ਫੀਸ ਪੜ੍ਹ ਰਿਹਾ ਸੀਗਾ, ਸ਼ਾਇਦ ਮੇਰੇ ਖਿਆਲ ਦੇ ਨਾਲ ਤੁਹਾਡੇ ਪਰ ਫੈਮਿਲੀ ਇਨਕਮ ਹੈਗੀ ਆ $50,000 ਜੀ, ਤੇ ਦੱਸਦੇ ਆ ਕਿ ਫੀਸ ਹੈ ਜਿਹੜੀ MBBS ਦੀ ਉਹ ਉਤੋਂ ਕਈ ਗੁਣਾ ਜ਼ਿਆਦਾ ਹੈ ਜੀ। ਮੈਂ ਨਾ ਇੱਕ ਥਾਂ ਤੇ ਪੜ੍ਹ ਰਿਹਾ ਸੀ ਤੇ ਸੁਣ ਰਿਹਾ ਸੀਗਾ ਕਿ ਇੱਥੇ ਵੀ ਤਾਂ ਇਹੀ ਹੈ ਨਾ ਪੈਟਰਨ, ਬਹੁਤ ਜ਼ਬਰਦਸਤ ਯੂਨੀਵਰਸਿਟੀਆਂ ਨੇ, ਬਹੁਤ ਜ਼ਬਰਦਸਤ ਯੂਨੀਵਰਸਿਟੀਆਂ, ਮਤਲਬ ਕਿ ਆਪਣੇ ਪੱਧਰ 'ਤੇ ਬਣਾਓ, ਪੈਸਾ ਲਾਓ ਆਪਣੇ ਪੱਧਰ 'ਤੇ ਬਣਾਓ। ਤਾਂ ਜਦੋਂ ਇਸ ਤਰ੍ਹਾਂ ਦਾ ਇੱਕ ਸਿੱਖਿਆ ਢਾਂਚਾ ਬਣਦਾ ਕਿਸੇ ਵੀ ਸਮਾਜ, ਹਾਲਾਂਕਿ US ਨੂੰ ਇੰਡੀਆ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਇੱਥੇ, ਤਾਂ ਮੇਰੇ ਖਿਆਲ ਦੇ ਨਾਲ ਸਾਡੀ ਪਰ ਜੇ ਫੈਮਿਲੀ ਦੀ ਇਨਕਮ ਦੇਖੀਏ ਤਾਂ ਬਹੁਤ ਥੱਲੇ ਆ US ਦੇ ਮੁਕਾਬਲੇ। ਤਾਂ ਗੱਲ ਇਹ ਆ ਕਿ ਜੇ ਉਹੋ ਹੀ ਪੈਟਰਨ ਐਜੂਕੇਸ਼ਨ ਵਾਲਾ ਜਿਹੜਾ ਕਿ ਥੋੜ੍ਹਾ ਥੋੜ੍ਹਾ ਝਲਕਾਰਾ ਦੇ ਰਿਹਾ, ਜੇ ਅਸੀਂ ਇੱਥੇ ਫੋਲੋ ਕਰ ਲਿਆਂਗੇ, ਇੱਥੇ ਉਹਨੂੰ ਐਗਜੀਕਿਊਟ ਕਰ ਦਿਆਂਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਮੈਂ ਕਰਿਆ ਕਿ ਹਾਲ ਦੀ ਘੜੀ ਨਹੀਂ ਹੈ, ਤਾਂ ਫਿਰ ਉਹ ਲੱਗਦਾ ਇਹੋ ਆ ਕਿ ਇੱਕ ਵਰਗ ਵਾਸਤੇ ਤਾਂ ਹਾਇਰ ਐਜੂਕੇਸ਼ਨ ਜਿਹੜੀ ਹੈ ਵੈਸੇ ਹੀ ਬਹੁਤ ਔਖੀ ਹੋ ਜਾਏਗੀ ਜੀ। ਸੋ ਇੱਥੇ ਥੋੜ੍ਹਾ ਦੱਸ ਦਿਓ ਵੀ ਇੱਥੇ ਸਰਕਾਰੀ ਜਿਹੜੀਆਂ ਯੂਨੀਵਰਸਿਟੀਆਂ ਦੇ ਵੱਖ ਵੱਖ ਢਾਂਚੇ ਜਿਹੜੇ ਆ ਚੱਲਦੇ ਨੇ, ਅਤੇ ਫੈਡਰਲ ਜਿਹੜੀ ਤੌਰ ਦੇ ਉੱਤੇ ਲੋਕਾਂ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਆ, ਜਿਨ੍ਹਾਂ ਦੀ ਘੱਟ ਇਨਕਮ ਆ ਉਹਨਾਂ ਨੂੰ ਮਿਲਦੀ ਆ, ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਦੀ ਜਿੱਦਾਂ ਤੁਸੀਂ ਗੱਲ ਕਰਦੇ ਆ ਮੇ ਬੀ ਹਾਰਵਰਡ, ਆਕਸਫੋਰਡ, ਇੱਦਾਂ ਦੀਆਂ ਉਹਨਾਂ ਦੀਆਂ ਇੰਡਾਊਮੈਂਟਸ ਹੁੰਦੀਆਂ, ਯਾਨੀ ਕਿ ਉਹਨਾਂ ਦੇ ਕੋਲ ਕਾਫੀ ਜਿਹੜੇ ਡਾਲਰ ਉਹਨਾਂ ਨੇ ਸਾਂਭ ਕੇ ਰੱਖੇ ਹੁੰਦੇ ਆ, ਜਿਹੜੇ ਲੋੜਵੰਦ ਜਿਹੜੇ ਵਿਦਿਆਰਥੀਆਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਸਕਾਲਰਸ਼ਿਪ ਦੇ ਤਹਿਤ ਜਿਹੜੀਆਂ ਪੜ੍ਹਾਈ ਕਰਵਾਈ ਜਾਂਦੀ। ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਇੱਥੇ ਵੀ ਇਹੀ ਕਰਨਗੇ ਕਿ ਯੂਨੀਵਰਸਿਟੀ ਤੁਸੀਂ ਆਪਦੀ ਖੋਲੋ, ਆਪਦੇ ਕੋਰਸ ਚਲਾਓ ਜੀ, ਆਪ ਹੀ ਆਪਣੇ ਨੇਮ ਕਾਇਦੇ ਬਣਾਓ ਤੇ ਆਪ ਹੀ ਸਰਟੀਫਿਕੇਟ ਛਾਪੋ ਜੀ, ਹੈ ਨਾ। ਤਾਂ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਏਗਾ, ਪਰੰਤੂ ਉਹਦੇ 'ਚ ਕੀ ਲੋਸ ਕੀ ਮੈਂ ਜਿਹੜਾ ਦੱਸ ਰਿਹਾ ਕਿ ਤੁਸੀਂ ਗਰੀਬ ਨੂੰ ਨਾ ਸਪੋਰਟ ਕਰੋਗੇ, ਠੀਕ ਹੈ, ਨਾ ਉਹਦੇ ਕੋਲ ਐਜੂਕੇਸ਼ਨ ਵਾਸਤੇ ਸਰਕਾਰੀ ਢਾਂਚਾ ਜਿਹੜਾ ਪੂਰੀ ਤੌਰ 'ਤੇ ਬਚੇਗਾ। ਤਾਂ ਉਹੀ ਮੈਂ ਕਹਿ ਰਿਹਾ ਕਿ ਹਾਲੇ ਇਹਦਾ ਨਤੀਜਾ ਨਿਕਲਣਾ ਬਾਕੀ ਆ। ਯੂਨੀਵਰਸਿਟੀਆਂ ਖੁੱਲ੍ਹ ਰਹੀਆਂ, ਯੂਨੀਵਰਸਿਟੀਆਂ ਤੁਸੀਂ ਦੇਖੋ ਨਾ ਕਿ ਇਹਨਾਂ ਨੇ ਕਾਲਜਾਂ ਦੇ ਵਿੱਚ ਕੋਰਸਾਂ ਦੀ ਜਿੱਦਾਂ ਉਹ ਬੜੀ ਲੰਮੀ ਚੌੜੀ ਫਹਿਰਿਸਤ ਹੈ ਉਸ ਚੀਜ਼ ਦੀ, ਉਹਦੀ ਸਮੀਖਿਆ ਸਿੱਖਿਆ ਨੀਤੀ ਦੀ ਕਿਸੇ ਅਰਥ ਸ਼ਾਸਤਰੀ ਤੋਂ ਕਰਾ ਲਿਓ। ਉਹਦੇ ਕੁਛ ਇੰਪੈਕਟ ਇਸ ਤਰ੍ਹਾਂ ਦੇ ਹੋਣਗੇ ਕਿ ਢਾਂਚਾ ਜਿਹੜਾ ਪੱਛਮੀ ਢਾਂਚਾ ਹੀ ਹੋਏਗਾ ਸਿੱਖਿਆ ਦਾ, ਪਰੰਤੂ ਉਹ ਇਹ ਆ ਕਿ ਇੱਥੇ ਇੱਕ ਬਹੁਤ ਵੱਡੇ ਵਰਗ ਵਾਸਤੇ ਸ਼ਾਇਦ ਜਿਹੜਾ ਨਾ ਬੰਦ ਹੋ ਜਾਊਗਾ, ਖਤਰਨਾਕ ਵੀ ਬਣ ਜਾਏਗਾ। ਹਾਂਜੀ ਜੀ, ਆਪਣੇ ਅਗਲੇ ਕਾਲਰ ਨੇ ਜਸਬੀਰ ਕੌਰ ਜੀ। ਸਤਿ ਸ੍ਰੀ ਅਕਾਲ ਦੋਨਾਂ ਬੇਟਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰ। ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿੱਦਾਂ ਆਪਣੇ ਦੇਖੋ ਇਹਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ, ਦੇਖੋ ਕਿੰਨਾ ਮੀਂਹ ਪੈਂਦਾ ਆ, ਕਿੰਨਾ ਉੱਥੇ ਠੰਡ ਰਹੀ ਆ, ਗਰਮੀ ਰਹੀ, ਮੱਛਰ ਰਿਹਾ ਨਾ, ਉੱਥੇ ਬਜ਼ੁਰਗ ਬੈਠੇ ਆ, ਸਾਡੇ ਭਰਾ ਬੈਠੇ ਆ, ਬੀਬੀਆਂ ਬੱਚੇ ਬੈਠੇ ਆ, ਭੈਣਾਂ ਬੈਠੀਆਂ ਆ। ਦੇਖੋ ਸਿੱਧੂ ਕਹਿੰਦਾ ਆ ਇਹ ਜਿਹੜੇ ਬੈਠੇ ਆ ਮਰਦੇ, ਇਹ ਕੋਈ ਸ਼ਹੀਦ ਥੋੜੇ ਹੋ, ਕਹਿੰਦਾ ਦੇਖੋ ਇਹ ਚੰਗੀ ਗੱਲ ਉਹਦੇ ਕਹਿਣ ਵਾਸਤੇ ਦੱਸਿਓ ਮੈਨੂੰ ਮਾੜਾ ਜਿਹਾ ਜੀ। ਧੰਨਵਾਦ। ਕੋਈ ਬੁਖਾਰ ਚੜ ਕੇ ਮਰ ਗਿਆ, ਦੇਖੋ ਕਿੰਨੀ ਉਹ ਕੁਰਬਾਨੀ ਦੇ ਰਹੇ ਆ ਨਾ, ਮੀਂਹਾਂ ਚ ਬੈਠੇ ਆ ਵਿਚਾਰੇ। ਦੇਖੋ ਪਹਿਲੀ ਗੱਲ ਤਾਂ ਬੀਬੀ ਜੀ ਆਪਾਂ ਨੂੰ ਇਹ ਵੇਖਣਾ ਪਏਗਾ ਕਿ ਦੀਪ ਸਿੱਧੂ ਨੇ ਪੂਰੀ ਗੱਲ ਕੀ ਕਹੀ ਆ। ਮੈਂ ਤਾਂ ਕਿਉਂਕਿ ਨਾ ਦੇਖੀ ਆ ਨਾ ਮੈਂ ਪੜ੍ਹੀ ਆ, ਸਵੇਰੇ ਚਲੋ ਪੜ੍ਹ ਲਵਾਂਗੇ। ਤੇ ਦੂਜੀ ਗੱਲ ਇਹ ਆ ਕਿ ਜੇ ਇਹ ਗੱਲ ਆ ਕਿ ਕੋਈ ਮੰਨ ਰਿਹਾ ਕਿ ਯਾਰ ਬਿਮਾਰੀ ਨਾਲ ਮਰ ਗਿਆ ਉੱਥੇ ਬੈਠਾ ਬੰਦਾ, ਜਾਂ ਕਿਸੇ ਹੋਰ
ਨੈਚੁਰਲੀ ਕਾਰਨ ਕਰਕੇ ਮਰ ਗਿਆ ਤਾਂ ਉਹ ਸ਼ਹੀਦ ਕਾਹਦਾ, ਕੋਈ ਵੀ ਬੰਦਾ ਦੀਪ ਸਿੱਧੂ, ਤਾਂ ਫਿਰ ਉਹ ਚੀਜ਼ ਤੇ ਭਾਜਪਾ ਵਾਲੇ ਵੀ ਕਹਿੰਦੇ ਆ ਨਾ ਕਿ ਇੰਨੇ ਕੁ ਬੰਦੇ ਤਾਂ ਆਮ ਓਦਾਂ ਹੀ ਵੈਸੇ ਹੀ ਮਰ ਜਾਣੇ ਸੀਗੇ, ਤਾਂ ਭਾਜਪਾ ਵਾਲੇ ਉਹਨਾਂ ਨੂੰ ਕੀ ਮੰਨਦੇ ਆ ਕਿ ਇੰਨੇ ਇਹਨਾਂ ਨੇ ਤਾਂ ਮਰਨਾ ਹੀ ਮਰਨਾ ਸੀ, ਜੇ ਘਰੇ ਵੀ ਹੁੰਦੇ ਤਦ ਵੀ ਮਰਨਾ ਸੀ ਇੱਥੇ ਬੱਚੇ ਆ। ਪਰ ਅਸੀਂ ਤੁਸੀਂ ਜਾਂ ਕਿਸਾਨ ਜਾਂ ਕਿਸਾਨ ਆਗੂ ਉਹ ਸ਼ਹੀਦ ਮੰਨਦੇ ਆ। ਸ਼ਹੀਦ ਦਾ ਤਾਂ ਦੇਖੋ ਇੱਕ ਦਰਜਾ ਹੈ, ਸ਼ਹੀਦ ਦਾ ਇੱਕ ਦਰਜਾ ਹੈ, ਸਰਕਾਰ ਨੇ ਸਰਬਜੀਤ ਸਿੰਘ ਨੂੰ ਦਿੱਤਾ ਸੀਗਾ, ਉਹੀ ਸਰਬਜੀਤ ਸਿੰਘ ਜਿਹੜਾ ਕਿਸੇ ਵਾਸਤੇ ਪਾਂਡੀ ਸੀ, ਕਿਸੇ ਵਾਸਤੇ ਪਾਕਿਸਤਾਨ ਦੇ ਵਿੱਚ ਮੁਇਜ਼ਮ ਸੀਗਾ ਜੀ। ਤਾਂ ਇਹ ਤਾਂ ਇੱਕ ਕਹਿ ਲਓ ਕੋਈ ਓਫੀਸ਼ੀਅਲੀ ਸਟੇਟਸ ਤੇ ਹੈ ਨਹੀਂ ਗਾ, ਇੱਕ ਭਾਵਨਾਤਮਕ ਦਰਜਾ ਅਸੀਂ ਦਿੰਦੇ ਹਾਂ ਕਿਸੇ ਨੂੰ ਕਿ ਹਾਂ। ਸੋ ਕਹਿਣ ਦਾ ਮਤਲਬ ਇਹੋ ਹੈ ਕਿ ਚਲੋ ਜੇ ਕੋਈ ਗੱਲ ਕਹਿੰਦਾ ਜੇ ਕੋਈ ਮੰਨਦਾ, ਪਹਿਲੀ ਗੱਲ ਤਾਂ ਉਹਦਾ ਸੰਦਰਭ ਦੇਖਣਾ ਪਵੇਗਾ, ਸੰਦਰਭ ਦੇਖੇ ਤੋਂ ਬਿਨਾਂ ਜਾਂ ਆਪਾਂ ਪੂਰਾ ਸੁਣੇ ਤੋਂ ਬਿਨਾਂ ਨਹੀਂ ਮੈਂ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ। ਪਰੰਤੂ ਇਹ ਹਮੇਸ਼ਾ ਹੁੰਦਾ ਕਿ ਇੱਕ ਵਾਸਤੇ ਕੋਈ ਸ਼ਹੀਦ ਹੁੰਦਾ ਤਾਂ ਦੂਸਰਾ ਉਹਨੂੰ ਮੰਨਣ ਤੋਂ ਇਨਕਾਰੀ ਹੁੰਦਾ। ਆਪਾਂ ਕਈ ਮੌਕਿਆਂ ਤੇ ਮਿਸਾਲ ਜਿਹੜੀ ਉਹ ਲੈ ਸਕਦੇ ਜੀ। ਅਗਲੇ ਕਾਲਰ ਜੋਗਾ ਸਿੰਘ। ਹਾਂ ਜੀ, ਸਾਡੀ ਪਾਲਸੀ ਕੀ ਹੋਊਗੀ ਕੋਈ ਪਾਰਟੀ ਆਪਣਾ ਮੋੜ ਪਰ ਦੇਣ ਨੂੰ ਤਿਆਰ ਨਹੀਂ ਹੈ, ਇੱਕ ਦਿਨ ਗਾਂ ਕੱਢਣ ਤਿਆਰ ਹੋਇਆ ਜੀ, ਇਹਦਾ ਲੋਕਾਂ ਦਾ ਅਸਰ ਕੀ ਹੋਊਗਾ ਜੀ? ਆਹੀ ਬਾਤ, ਮਿਹਰਬਾਨੀ। ਲੋਕ ਮੰਗ ਹੀ ਨਹੀਂ ਕਰਦੇ ਮੈਨੂੰ ਲੱਗਦਾ ਪਾਲਸੀਆਂ ਦੀ ਮਿੰਟੂ ਜੀ। ਹਾਂਜੀ ਬਿਲਕੁਲ ਬਿਲਕੁਲ, ਸਾਨੂੰ ਤੇ ਆਹ ਕਿ ਉਹਨੇ ਰਾਖੀ ਸ਼ਬਦ ਕਹਿਤਾ, ਉਹ ਮੁੰਨੀ ਕਹਿ ਰਿਹਾ, ਇਹਨਾਂ ਚੀਜ਼ਾਂ 'ਚ ਹੀ ਰਾਤ ਆਉਂਦਾ। ਬਿਲਕੁਲ ਗੱਲ ਸਹੀ ਹੈ ਕਿ ਦੇਖੋ ਏਜੰਡਾ ਇੱਥੇ ਤੇ ਗੁਰਨਾਮ ਸਿੰਘ ਚੜੂਲੀ ਫਿਰਦਾ, ਹਰਲ ਹਰਲ ਕਰਦਾ। ਮੈਂ ਕਹਿੰਦਾ ਪਹਿਲਾਂ ਇਹਦੇ ਤੋਂ ਏਜੰਡਾ ਲਾਓ, ਇਹਦੇ ਤੋਂ ਏਜੰਡਾ ਪੁੱਛਣਾ ਚਾਹੀਦਾ ਹੈ ਕਿ ਦੇਖੋ ਠੀਕ ਆ ਕਿਸਾਨੀ ਸਾਡੀ ਰੀੜ੍ਹ ਦੀ ਹੱਡੀ ਆ, ਪਰ ਸਾਡੇ ਦੂਸਰੇ ਵੀ ਤਾਂ ਔਰਗਨ ਹੈਗੇ ਆ ਨਾ। ਬਿਲਕੁਲ, ਇੰਡਸਟਰੀ ਸਾਡੇ ਹੱਥ ਆ, ਠੀਕ ਹੈ ਨਾ। ਫਿਰ ਜੇ ਆਪਾਂ ਦੇਖੀਏ ਛੋਟੇ ਛੋਟੇ ਕਾਰੋਬਾਰ ਜਿਹੜੇ ਆ ਉਹ ਸਾਡੇ ਪੈਰ ਆ, ਬਹੁਤ ਕੁਛ ਆ। ਸਾਡਾ ਸਰਵਿਸ ਸੈਕਟਰ ਆ ਜਿਹੜਾ, ਉਹ ਸਾਡਾ ਹੈੱਡ ਆ, ਸਿਰ ਆ। ਭਾਈ ਉਹਦੇ ਵਾਸਤੇ ਕੀ ਆ ਤੁਹਾਡੇ ਕੋਲ? ਖੋਲੋ ਕੋਈ ਕਾਇਦਾ ਖੋਲ੍ਹ ਕੇ, ਕੋਈ ਸਾਨੂੰ ਸਬਕ ਤੇ ਦੱਸੋ ਨਾ। ਸੋ ਸਾਰੇ ਦਾ ਲਾਉਣ ਨੂੰ ਫਿਰਦੇ। ਬਿਲਕੁਲ, ਮੈਂ ਕਹਿੰਦਾ ਕਿ ਰੋਡ ਮੈਪ ਹੋਣਾ ਚਾਹੀਦਾ, ਔਰ ਡਿਬੇਟ ਜਿੱਦਾਂ ਤੁਹਾਡੇ US ਦੇ ਵਿੱਚ ਜਿਹੜੀ ਹੁੰਦੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਹਦੇ ਵਾਸਤੇ ਜਦੋਂ ਹਾਂਜੀ ਇਲੈਕਸ਼ਨ ਹੁੰਦੇ ਉਹਦੇ ਵਾਸਤੇ, ਤਾਂ ਉਹ ਜਿੱਦਾਂ ਇੱਕ ਡਿਬੇਟ ਚੱਲਦੀ ਹੈ, ਹੇਠਲੇ ਪੱਧਰ ਤੇ ਵੀ ਚੱਲਦੀ ਹੈ ਤੇ ਟੌਪ ਪੱਧਰ ਤੇ ਵੀ ਚੱਲਦੀ ਆ, ਸਾਡੇ ਵੀ ਇੱਕ ਹੈਲਦੀ ਡਿਬੇਟ ਚੱਲਣੀ ਚਾਹੀਦੀ ਆ। ਕਿਉਂਕਿ ਹੁਣ ਤਾਂ ਸਾਡੇ ਕੋਲ ਆਗੂ ਵੀ ਮੌਜੂਦ ਨੇ, ਕਿਸਾਨ ਆਗੂ ਵੀ ਮੌਜੂਦ ਨੇ, ਸਾਡੇ ਕੋਲ ਇੱਕ ਨੌਜਵਾਨਾਂ ਦਾ ਐਸਾ ਵਰਗ ਆ ਜਿਹੜਾ ਹਰੇਕ ਖੇਤਰ ਦੇ ਵਿੱਚ ਜਾ ਕੇ ਬਹਿਸ ਕਰਨ ਨੂੰ ਤਿਆਰ ਆ, ਔਰ ਸਮਰੱਥਾ ਵੀ ਹੈ। ਤਾਂ ਅਸੀਂ ਕਿਉਂ ਜਿਹੜੇ ਥੋੜ੍ਹਾ ਜਿਹੇ ਸਿਆਣੇ ਬੰਦੇ ਹਾਂ, ਜਿਹਨਾਂ ਨੂੰ ਆਪਾਂ ਬੁੱਧੀਜੀਵੀ ਕਹਿ ਲਓ ਜਾਂ ਪਾਰਟੀਆਂ ਦਾ ਜਿਹੜਾ ਸਿਆਣਾ ਕੱਢ ਰਹੇ ਇਹਨਾਂ ਦਾ ਜਾਂ ਸਿਆਣੀ ਲੀਡਰਸ਼ਿਪ ਆ, ਉਹ ਇਹ ਗੱਲ ਨੂੰ ਥੋੜ੍ਹਾ ਹੁਣ ਉਭਾਰੇ ਕਿ ਹਾਂ ਭਾਈ ਸਾਨੂੰ ਲੋਕਾਂ ਦੇ ਵਿੱਚ ਲਫਾਫੇਬਾਜ਼ੀ ਲਿਜਾਣ ਦੀ ਥਾਂ 'ਤੇ ਠੋਸ ਕੰਕਰੀਟ ਜਿਹੜੀਆਂ ਪਲਾਨਿੰਗ ਹੈ ਉਹ ਲਿਜਾਣੀਆਂ ਚਾਹੀਦੀਆਂ। ਮਿੰਟੂ ਜੀ, ਹੁਣ ਇੱਥੇ ਕੀ ਆ, ਪ੍ਰੈਸ ਕਾਨਫਰੰਸ 'ਚ ਪੁੱਛੇ ਗਏ ਸਵਾਲ ਦੇ ਉੱਤੇ ਚੀ ਚੀ ਪੀ 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 ਤਾਂ ਹੋ ਜਾਂਦੀ ਹੈ ਇਹਨਾਂ ਦੀ, ਅਤੇ ਇਹਨਾਂ ਨੇ ਕਿਹੜੀ ਰੋਡ ਮੈਪ ਦੀ ਆਪਾਂ ਇਹਨਾਂ ਤੋਂ ਭਾਲ ਕਰਦੇ ਹਾਂ? ਹਾਂਜੀ, ਨਹੀਂ ਨਹੀਂ ਉਹ ਤਾਂ ਫਿਰ ਅਸੀਂ ਸਮਝਣ ਜੋਗੇ ਹੋਈਏ ਨਾ ਕਿ ਬੰਦੇ ਤੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਮੇਲਾ, ਫਿਰ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਹਾਂ ਭਾਈ ਇਹ ਜਿੱਦਾਂ ਹੁਣ ਅੱਜ ਕੱਲ੍ਹ ਇਹ ਬੋਲਦਾ ਸਿੱਧੂ ਕਿ ਹਾਂ ਭਾਈ ਜੇ ਉਹ ਕੋਈ ਠੋਸ ਆਪਾਂ ਨੂੰ ਨਹੀਂ ਦਿੰਦਾ, ਕੰਕਰੀਟ ਕੋਈ ਪਲੈਨ ਨਹੀਂ ਦਿੰਦਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਹਾਂ ਭਾਈ ਥੋਥਾ ਚਣਾ ਵਾਜੇ ਗਣਾ, ਫਿਰ ਇਹੀ ਹੈ ਕਿ ਬੋਲੀ ਜਾਓ ਭਾਈ, ਤੁਸੀਂ ਆਪਸ ਦੇ ਵਿੱਚ ਲੜੀ ਜਾਓ, ਅਸੀਂ ਤੇ ਨਹੀਂ ਤੁਹਾਨੂੰ ਚੁਣਾਂਗੇ। ਇੱਕ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਨਤਾ ਪ੍ਰੈਸ਼ਰ ਗਰੁੱਪ ਦਾ ਕੰਮ ਤਾਂ ਕਰੇਗੀ ਨਾ ਕਿ ਹਾਂ ਭਾਈ ਅਸੀਂ ਜਨਤਾ ਦੇ ਵਿੱਚ ਜਾਣਾ ਹੈ ਵੋਟਾਂ ਮੰਗਣ, ਤਾਂ ਸਾਡੇ ਹੱਥ ਦੇ ਵਿੱਚ ਘੱਟੋ ਘੱਟ ਕੋਈ ਫਰੇਮ ਵਰਕ ਜਿਹੜਾ ਹੈ ਉਹ ਦਿਸਣਾ ਤੇ ਚਾਹੀਦਾ ਹੈ ਨਾ, ਕੋਈ ਹੋਮਵਰਕ ਤਾਂ ਸਾਡਾ ਹੋਣਾ ਚਾਹੀਦਾ ਹੈ। ਮਿਰਜ਼ਾ ਗਾਲਿਬ ਨੇ ਨਿਕਲ ਆਉਣਾ ਹੋਣੇ ਥੋੜੇ ਚਿਰ ਨੂੰ, ਮੈਂ ਜਾਣਾ ਪਿੰਡ ਪਿੰਡ ਜੀ ਦੇਖਿਓ ਸਾਰਿਆਂ ਨੂੰ ਪੁੱਛ ਕੇ ਬਣਾਉਣਾ ਆ, ਫਿਰ ਤੁਹਾਡੀ ਕਚਹਿਰੀ 'ਚ ਕਰ ਦੇਣਾ ਆਪਾਂ ਪੇਸ਼, ਬਸ ਇਹੀ ਦੋ ਚਾਰ ਗੱਲਾਂ ਅਤੇ ਉਹੀ ਜਿਹੜੇ ਬਾਅਦ ਦੇ ਵਿੱਚ ਘਸੇ ਪਿੱਟੇ ਵਾਅਦੇ ਅਤੇ ਉਹੀ ਚੀਜ਼ਾਂ ਜਿਹੜੀਆਂ ਘੁਮਾ ਫਿਰਾ ਕੇ ਮੁੜ ਮੁੜ ਕੇ ਜਿਹੜੀਆਂ ਉਹ ਰੀਸਾਈਕਲ ਇਹਨਾਂ ਨੇ ਕਰੀ ਜਾਣੀਆਂ। ਹਰਵਿੰਦਰ ਕੌਰ ਜੀ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਮੈਂ ਪੁੱਛਣਾ ਸੀ ਵੀ ਜਿਹੜਾ ਕਰਨਾਲ ਵਾਲਾ ਆਪਣਾ
ਸੀਗਾ ਧਰਨਾ ਇਹਨਾਂ ਨੇ ਲਾਇਆ, ਉਹਦੇ ਚ ਇਹਨਾਂ ਨੇ ਇੱਕ ਮੰਗ ਰੱਖੀ ਸੀ ਕਿ ਆਪਣਾ ਉਹਦੇ ਚ ਇਹਨੇ ਮੰਗ ਰੱਖੀ ਸੀ ਬਈ 25 ਲੱਖ ਰੁਪਇਆ ਸੁਸ਼ੀਲ ਕਾਜਲ ਵਾਸਤੇ ਚਾਹੀਦਾ ਤੇ 2-2 ਲੱਖ ਜ਼ਖਮੀਆਂ ਲਈ ਤੇ ਇੱਕ ਘਰ ਨੂੰ ਨੌਕਰੀ ਤੇ ਹੁਣ ਇੱਕ ਉਹਨਾਂ ਨੂੰ 2 ਨੌਕਰੀਆਂ ਤਾਂ ਦੇ ਦਿੱਤੀਆਂ ਤੇ ਜਿਹੜਾ ਉਹਦਾ ਪਤਾ ਨੀ ਲੱਗਾ ਮੁਆਵਜ਼ੇ ਵਾਲੀ ਕੀ ਮਤਲਬ ਕੀ ਬਣਿਆ ਸਿਸਟਮ ਦੇਖੋ ਹਾਂਜੀ ਬਿਲਕੁਲ ਨੌਕਰੀਆਂ ਵੀ ਕੱਚੀਆਂ ਪ੍ਰਵਾਨ ਕੀਤੀਆਂ ਗਈਆਂ ਨੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ ਨੌਕਰੀਆਂ ਵੀ ਪੱਕੀਆਂ ਨੇ ਡੀਸੀ ਰੇਟ ਵਾਲੀਆਂ ਨੌਕਰੀਆਂ ਨੇ ਦੂਜਾ ਕਿ ਜ਼ਖਮੀਆਂ ਨੂੰ ਕੋਈ ਮੁਆਵਜ਼ਾ ਨਹੀਂ ਔਰ ਤੀਸਰਾ ਕਿ 25 ਲੱਖ ਵਾਲਾ ਹਾਲੇ ਭੇਜਦੀ ਹੈ ਪਤਾ ਨਹੀਂ ਹੁਣ ਉਸ ਪਰਿਵਾਰ ਨੂੰ ਮਿਲ ਗਿਆ ਜਾਂ ਨਹੀਂ ਪਰ ਮੇਰੇ ਖਿਆਲ ਦੇ ਨਾਲ ਜਿਸ ਦਿਨ ਐਲਾਨ ਹੋਇਆ ਉਸ ਦਿਨ ਜਿੱਦਾਂ ਆਪਾਂ ਮੌਕੇ ਤੇ ਤਾਂ ਨਹੀਂ ਦੇਖਿਆ ਮੈਂ ਤਾਂ ਕੋਈ ਐਸਾ ਵਿਜ਼ੂਅਲ ਜਾਂ ਫੋਟੋ ਨਹੀਂ ਵੇਖਿਆ ਬਾਕੀ ਮੈਂ ਸਵੇਰੇ ਕਨਫਰਮ ਕਰਾਂਗਾ ਜ਼ਰੂਰ ਅਗਲੇ ਪ੍ਰੋਗਰਾਮ ਦੇ ਵਿੱਚ ਦੱਸਣ ਦਾ ਯਤਨ ਕਰਾਂਗੇ ਜੀ ਅਗਲੇ ਕਾਲਰ ਕੁਲਵਿੰਦਰ ਹਾਂਜੀ ਸਤਿ ਸ੍ਰੀ ਅਕਾਲ ਰਾਜ ਕਰਨਵੀਰ ਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਮਿੰਟੂ ਜੀ ਮੇਰਾ ਸਵਾਲ ਜੀ ਤੁਹਾਨੂੰ ਚਲੋ ਤੁਸੀਂ ਬਾਅਦ ਚੋਂ ਚਾੜਨਾ ਪਾ ਜੀ ਮੇਰਾ ਸਵਾਲ ਸਰੋਤਿਆਂ ਨੂੰ ਆ ਜੀ ਜਿਹੜੇ ਸਾਨੂੰ ਇਹ ਸਵਾਲ ਕਰਦੇ ਆ ਜੀ ਉਹ ਫਲਾਨਾ ਨੇਤਾ ਉੱਥੇ ਆਹ ਬੋਲ ਗਿਆ ਜੀ ਆਹ ਮੰਦੀ ਸ਼ਬਦਾਵਲੀ ਬੋਲ ਗਿਆ ਜੀ ਉਹਨੂੰ ਉਹਨੂੰ ਕੋਈ ਸਜ਼ਾ ਹੋਣੀ ਚਾਹੀਦੀ ਆ ਉਹਨੂੰ ਕੋਈ ਰਿਪੋਰਟ ਹੋਣੀ ਚਾਹੀਦੀ ਆ ਦੇਖੋ ਜੀ 70 ਸਾਲ ਹੋ ਗਏ ਇਸ ਦੇਸ਼ ਵਿੱਚ ਭੰਗ ਭੁਜਦੀ ਨੂੰ ਕਦੇ ਕਿਸੇ ਨੇਤੇ ਨੇ ਕਦੇ ਕਿਸੇ ਨੇ ਤੁਹਾਨੂੰ ਨਿਆਂ ਦਿੱਤਾ ਅੱਜ ਤੱਕ ਹੈ ਜੀ ਤੇ ਇਹ ਖਾਲਸੇ ਹੁਣ ਕਦੋਂ ਆਪਦੀਆਂ ਅੱਖਾਂ ਗਾਲਣਗੇ ਜਿਹੜੇ ਮੜ ਜਾ ਨੇਤਾ ਕੋਈ ਦਬਕਾ ਮਾਰਦਾ ਤੇ ਬਾਥਰੂਮਾਂ ਚੋਂ ਨਹੀਂ ਹੈਗੇ ਨਿਕਲਦੇ ਇਹ ਇੱਦਾਂ ਇਹਨਾਂ ਨੂੰ ਹੱਕ ਮਿਲ ਜਾਣਗੇ ਘਰੇ ਬੈਠਿਆਂ ਨੂੰ ਜਿੱਦਾਂ ਇਹ ਮੰਗਦੇ ਆ ਉੱਥੇ ਰਿਪੋਰਟ ਲਿਖਾ ਦਿਓ ਜੀ ਉੱਥੇ ਲਿਖਾ ਦਿਓ ਜੀ ਕਦੇ ਅੱਜ ਤੱਕ ਸੁਣੀ ਇਹਨਾਂ ਨੇ ਗੱਲ ਕਦੋਂ ਅੱਖਾਂ ਖੋਲਣਗੇ ਇਹ ਮੇਰਾ ਸਰੋਤਿਆਂ ਨੂੰ ਇਹ ਸਵਾਲ ਆ ਦਿਓ ਜਵਾਬ ਇਹਦਾ ਤੁਸੀਂ ਹੁਣ ਜੀ ਸਰੋਤੇ ਜਵਾਬ ਦੇ ਸਕਦੇ ਆ ਪਰ ਮੈਂ ਤੇ ਆਪਣੇ ਪੱਧਰ ਤੇ ਇਹੋ ਗੱਲ ਕਹੂੰਗਾ ਕਿ ਘਰਾਂ ਚੋਂ ਨਿਕਲ ਕੇ ਸਾਨੂੰ ਤਲਵਾਰਾਂ ਨਾਲ ਸਿਰ ਵੱਢਣ ਦੀ ਜ਼ਰੂਰਤ ਨਹੀਂ ਬਸ ਸਿਰ ਵਰਤਣ ਦੀ ਜ਼ਰੂਰਤ ਆ ਸਾਨੂੰ ਉਹੀ ਆ ਜਾਵੇ ਇਹਨਾਂ ਨੂੰ ਅਸੀਂ ਨਹੀਂ ਲਈਦੇ ਕੋਈ ਵੱਡੀ ਗੱਲ ਨਹੀਂ ਹੈ ਸਾਡੇ ਸਾਹਮਣੇ ਕਿੰਨੇ ਕੁ ਆ ਇਹ 20-50 ਆ 20-50 ਜਿਸ ਦਿਨ ਅਸੀਂ ਸੱਥਾਂ 'ਚ ਖਿਲਾਰਨਾ ਸਿੱਖ ਗਏ ਅਸੀਂ ਠੋਸ ਢੰਗ ਨਾਲ ਇਹਨਾਂ ਦੀ ਮੁਰੰਮਤ ਮਤਲਬ ਕਿ ਸ਼ਬਦਾਂ ਦੇ ਨਾਲ ਕਰਨੀ ਸਿੱਖ ਗਏ ਔਰ ਅਸੀਂ ਅੰਨੀ ਭਗਤੀ ਛੱਡ ਗਏ ਸ਼ਖਸੀ ਪੂਜਾ ਛੱਡ ਗਏ ਕਿ ਭਾਈ ਤੇਰੇ ਨਾਲ ਸਾਡਾ ਲਗਾ ਉਦੋਂ ਤੱਕ ਜਦੋਂ ਤੱਕ ਤੇਰੀਆਂ ਪੋਲਿਸੀਆਂ ਬਿਹਤਰ ਹੋਣਗੀਆਂ ਅਦਰਵਾਈਜ਼ ਅਸੀਂ ਦੂਜੀ ਵਿਚਾਰਧਾਰਾ ਜਾਂ ਦੂਜੀ ਪਾਰਟੀ ਵੱਲ ਤਾਂ ਕਹਿਣ ਦਾ ਮਤਲਬ ਕਿ ਸਿਰ ਵੱਢਣ ਦੀ ਜ਼ਰੂਰਤ ਨਹੀਂ ਬਸ ਸਿਰ ਵਰਤਣ ਦੀ ਜ਼ਰੂਰਤ ਆ ਮੈਂ ਤਾਂ ਇਹੋ ਹੀ ਕਹੂੰਗਾ ਜੀ ਬਿਲਕੁਲ ਸਿਰ ਵਰਤਣ ਦੀ ਜ਼ਰੂਰਤ ਆ ਵੈਸੇ ਹੁਣ ਇਹਨਾਂ ਨੇ ਪਿੰਡਾਂ 'ਚੋਂ ਦੜਾਉਣੇ ਦਾ ਸ਼ੁਰੂ ਕੀਤੇ ਆ ਅਤੇ ਹੁਣ ਖਿਲਾਰਨੇ ਸ਼ੁਰੂ ਕਰਨੇ ਆ ਇਹ ਵਾਕਿਆ ਹੀ ਜਿਹੜਾ ਮਿੰਟੂ ਜੀ ਹੁਣ ਪ੍ਰੈਸ਼ਰ ਬਣ ਰਿਹਾ ਜੀ ਪ੍ਰੈਸ਼ਰ ਬਣ ਰਿਹਾ ਬਿਲਕੁਲ ਭੱਜਣੇ ਸਟਾਰਟ ਹੋਏ ਆ ਹੁਣ ਦੇਖੋ ਇਹਨਾਂ ਦੀਆਂ ਦੁੜਕੀਆਂ ਕਿੱਦਾਂ ਲੱਗ ਰਹੀਆਂ ਇਕੱਲੇ ਕਿਸਾਨਾਂ ਨੇ ਵੇਖੋ ਕਿੰਨਾ ਗਾਹ ਪਾ ਰੱਖਿਆ ਜੀ ਤੁਸੀਂ ਸੋਚੋ ਜੇ ਹਿੰਦੂ ਭਾਈਚਾਰਾ ਐਸਸੀ ਭਾਈਚਾਰਾ ਤੇ ਜੱਟ ਭਾਈਚਾਰਾ ਸਿੱਖ ਭਾਈਚਾਰਾ ਵਿੱਚ ਹੀ ਆ ਗਿਆ ਸਾਰਾ ਕੁਛ ਤਾਂ ਉਹਦੇ ਵਿੱਚ ਤਾਂ ਸਾਰਾ ਕੁਛ ਆ ਗਿਆ ਤਾਂ ਇਹ ਮਤਲਬ ਕਿ ਸਾਰੇ ਭਾਈਚਾਰੇ ਜੇ ਇਕੱਤਰ ਹੋ ਕੇ ਆਪਣੇ ਵਿਕਾਸ ਨੂੰ ਜਾਂ ਆਪਣੇ ਖਾਸ ਤੌਰ ਤੇ ਪੰਜਾਬ ਨੂੰ ਤਰਜੀਹ ਦੇਣ ਲੈਣ ਤਾਂ ਮੇਰੇ ਖਿਆਲ ਦੇ ਨਾਲ ਗੱਲ ਬਣ ਜੂਗੀ ਐਤਕੀ ਕਿਸਾਨਾਂ ਨੇ ਵੇਖੋ ਇਹਨਾਂ ਨੂੰ ਕਿੰਨਾ ਜ਼ਿਆਦਾ ਲੀਹ ਤੇ ਰੱਖਿਆ ਹੋਇਆ ਕੁਲੀ ਨਹੀਂ ਜਾਣ ਦਿੱਤਾ ਹਾਲਾਂਕਿ ਯਤਨ ਕੀਤੇ ਜਾ ਰਹੇ ਆ ਤਾਂ ਮੇਰੇ ਖਿਆਲ ਦੇ ਨਾਲ ਜੇ ਇਸੇ ਤਰ੍ਹਾਂ ਪਬਲਿਕ ਵੀ ਇੱਕ ਪ੍ਰੈਸ਼ਰ ਗਰੁੱਪ ਦੇ ਵਿੱਚ ਬਦਲ ਜਾਵੇ ਤਾਂ ਬਹੁਤ ਹੱਦ ਤੱਕ ਚੀਜ਼ਾਂ ਜਿਹੜੀਆਂ ਹੋਣਗੀਆਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਠੋਸ ਏਜੰਡਾ ਪਹਿਲਾਂ ਪੇਸ਼ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਪਬਲਿਕ ਦੇ ਵਿੱਚ ਆਓ ਤਾਂ ਕਿ ਪਬਲਿਕ ਤੁਹਾਨੂੰ ਸਵਾਲ ਕਰ ਸਕੇ ਉਸ ਤੋਂ ਬਾਅਦ ਫਿਰ ਪਬਲਿਕ ਆਪਣਾ ਮਾਇੰਡ ਸੈੱਟ ਕਰੇ ਕਿ ਹਾਂ ਭਾਈ ਮੈਂ ਕਿਸ ਨੂੰ ਵੋਟ ਦੇਣੀ ਹੈ ਤਾਂ ਇਹ ਚੀਜ਼ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਦੂਰ ਨਹੀਂ ਬਸ ਲੋੜ ਆ ਕਿ ਹੁਣ ਜਿੱਦਾਂ ਕਿਸਾਨੀ ਸੰਘਰਸ਼ ਆ ਕਿਤੇ ਮੰਨ ਲਓ ਇਹ ਨੇਪਰੇ ਚੜ ਜਾਵੇ ਮੇਰੇ ਖਿਆਲ ਦੇ ਨਾਲ ਫਿਰ ਤੇ ਇੱਕ ਵੱਖਰੀ ਸਿਆਸਤ ਦੀ ਇਬਾਰਤ ਲਿਖੀ ਜਾਏ ਜੀ ਬਿਲਕੁਲ ਇਹ ਵੱਡੀ ਚੀਜ਼ ਆ ਵੀ ਇਸ ਕਿਸਾਨੀ ਸੰਘਰਸ਼ ਤੋਂ ਬਾਅਦ ਦੇ ਵਿੱਚ ਇੱਕ ਵੱਡਾ ਆਪਾਂ ਰਾਜਨੀਤਿਕ ਬਦਲਾਵ ਜਿਹੜਾ ਜ਼ਰੂਰ ਚਾਹੁੰਦੇ ਹਾਂ ਵੀ ਹੋਵੇ ਚਾਹੇ ਇਹੀ ਪਾਰਟੀਆਂ ਜਿਹੜੀਆਂ ਉਹ ਲੈਣ ਤੇ ਆ ਜਾਣ ਤੇ ਚਾਹੇ ਕੋਈ ਹੋਰ ਬਦਲਾਵ ਜਿਹੜਾ ਉਹ ਸਾਹਮਣੇ ਆਵੇ ਪਾਰਟੀਆਂ ਨਾਲ ਤੇ ਕਿਸੇ ਨੂੰ ਕੋਈ ਨਫ਼ਰਤ ਨਹੀਂ ਹੈ ਪਾਰਟੀ ਪਾਰਟੀਆਂ ਨਹੀਂ ਮਾੜੀਆਂ ਹੁੰਦੀਆਂ ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਆ ਔਰ ਮਾਣਮੱਤਾ ਇਤਿਹਾਸ ਆ ਉਹਨਾਂ ਦੇ ਲੀਡਰਾਂ ਦਾ ਤਿਆਗ ਉਹਨਾਂ ਦੇ ਲੀਡਰਾਂ ਦੀ ਘਾਲਣਾ ਉਹਨਾਂ ਦੇ ਲੀਡਰਾਂ ਦੀ ਜੇ ਆਪਾਂ ਕਹੀਏ ਕਿ ਜੋ ਸੰਘਰਸ਼ ਭਰੀ ਜ਼ਿੰਦਗੀ ਉਹਦੀ ਇੱਕ ਵੱਖਰੀ ਗਾਥਾ ਹੈ ਵੱਖਰੀ ਗਾਥਾ ਹੈ ਤੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੀ ਲੀਡਰਸ਼ਿਪ ਵੀ ਬਹੁਤ ਅੱਛੀ ਰਹੀ ਆ ਕਿਸੇ ਜ਼ਮਾਨੇ ਦੇ ਵਿੱਚ ਤਾਂ ਇਹ ਆ ਕਿ ਪਾਰਟੀਆਂ ਮਾੜੀਆਂ ਆਮ ਆਦਮੀ ਪਾਰਟੀ ਜਦੋਂ ਆਈ ਕਿੰਨੀ ਵਧੀਆ ਆਈਡੀਓਲੋਜੀ ਲੈ ਕੇ ਆਏ ਸਨ ਲੋਕਾਂ ਦੇ ਵਿੱਚ ਪਰ ਨੇਤਾ ਮਾੜੇ ਨਿਕਲ ਆਏ ਆ ਸੋ ਕਹਿਣ ਦਾ ਮਤਲਬ ਕਿ ਪਾਰਟੀਆਂ ਨਾਲ ਕੁਛ ਨਹੀਂ ਪਾਰਟੀ ਤੇ ਹੋ ਸਕਦਾ ਕੱਲ ਨੂੰ ਅਕਾਲੀ ਆਪਣੀਆਂ ਨੀਤੀਆਂ ਸਹੀ ਕਰ ਲੈਣ ਤਾਂ ਅਸੀਂ ਅੱਜ ਜਿਸ ਮੂੰਹ ਨਾਲ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹਾਂ
ਉਸੇ ਮੂੰਹ ਨਾਲ ਕਵਾਂਗੇ ਕਿ ਸ਼ਾਬਾਸ਼ ਭਾਈ, ਜੇ ਕੱਲ ਨੂੰ ਅਮਰਿੰਦਰ ਸਿੰਘ ਤੋਂ ਬਾਅਦ ਇਹਨਾਂ ਦਾ ਕੋਈ ਨਵਾਂ ਚਿਹਰਾ ਮੋਹਰਾ ਇਸ ਤਰ੍ਹਾਂ ਦਾ ਬਣਦਾ ਹੈ ਜਿਹੜਾ ਪੰਜਾਬ ਪੱਖੀ ਹੋਵੇ, ਲੋਕ ਪੱਖੀ ਹੋਵੇ, ਅਸੀਂ ਕਹਾਂਗੇ ਕਿ ਹਾਂ ਯਾਰ ਚੰਗੀ ਹੈ। ਸੋ ਇਹ ਆ ਕਿ ਪਾਰਟੀਆਂ ਨਾਲ ਸਮੱਸਿਆ ਨਹੀਂ ਹੈ, ਪਾਰਟੀਆਂ ਨੂੰ ਜਿਹੜੇ ਚਲਾਉਣ ਵਾਲੇ ਆ ਤੇ ਜਿਹੜੇ ਪਾਰਟੀਆਂ ਦੀਆਂ ਗਲਤ ਨੀਤੀਆਂ ਦੇ ਨਾਲ ਚੱਲਣ ਵਾਲੇ ਲੋਕ ਆ, ਖਰਾਬੀ ਤੇ ਨੁਕਸ ਗੱਡੀ 'ਚ ਬਸ ਉੱਥੇ ਹੀ ਹੈ। ਵਾਕਈ ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੁਣ ਰਹੇ ਹੋ ਪੰਜਾਬੀ ਰੇਡੀਓ USA KCBR 1570 AM Stockton Modesto KOBO।